टीवी प्राइम एशिया देख रहे सारे दर्शकों नूं सत श्री अकाल। प्रोग्राम है प्राइम डिस्कशन विद जितेंद्र पन्नू जी। एक बार फिर नवा प्रोग्राम लैके हाजिर हाँ। नवे मुद्दे, कुछ पुराने मुद्दे भी हैं जिन्हां ते गलबात करांगे। अज के प्रोग्राम विच जितेंद्र पन्नू जी हाजिर ने, साढ़े कोल पहुंचे हुए हैं। पन्नू साहब जी आए जी, सत श्री अकाल। पन्नू साहब, गलबात जिहड़ी शुरू करदे हां दिल्ली दे सिख कतलेआम की, 1984 की गलबात। जगदीश टाइटलर का नाम सब तो मोहरे आ, हालांकि होर लोग भी इस दे विच दोषी होणगे, सन भी, लेकिन जगदीश टाइटलर दे बारे जिहड़ी गलबात है, वह इस तरह की जाती कि जिवें विच पक्के तौर पर शामिल सी, ते इस दी जांच भी बाकी नालों वध होई है। ते हुण इस दी जांच दे विच जो अज तक होया कि एक जिवें गेम चलती हुंदी है कि इधरों बाल उधर ते उधरों इधर, एक दूसरे नूं गल्लां बातां जिहड़ियां कीतियां गईयां अदालतां दे जरिए, लेकिन कोई ठोस नतीजा नहीं निकलिया। हुण भी कुछ इहो जी गलबात होई है, अदालतां ने फिर दखलअंदाजी कीती है, की कहना चाहो? पहली गल तां कुलदीप जी, जगदीश टाइटलर वह बंदा जिन्हां बारे कहा जा सकता कि हर मस्या बदनामी है। एमरजेंसी लगी, संजय गांधी दे यारां च हुंदा सी, उन्हां पुठे कम्मां च शामिल। फिर इंदिरा गांधी का कतल होया, दिल्ली च सिखां दा कतलेआम होया, उन्हूं उहदा रिएक्शन आखो जां ना आखो, पर कांग्रसियां ने अगवाई कीती सी, किते किते बीजेपी दे लोक भी शामिल दसे जांदे आ। ਇਹ ਉਸ ਕਤਲੇਆਮ ਦਾ ਸਭ ਤੋਂ ਬਦਨਾਮ ਚਿਹਰਾ। ਅਤੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਆਈ, ਉਦੋਂ ਆਪਣੀ ਪਾਰਟੀ ਦੇ ਇੱਕ ਕੇਂਦਰੀ ਮੰਤਰੀ ਅਜੇ ਮਾਕਨ ਦਾ ਮੰਤਰੀ ਦੇ ਤੌਰ 'ਤੇ ਜਿਹੜਾ ਉਹਦੇ ਕੋਲ ਸਰਕਾਰੀ ਪੈਡ ਸੀ, ਉਹ ਚੋਰੀ ਕਰਕੇ ਉੱਥੇ ਫਰਾਡੀ ਚਿੱਠੀਆਂ ਲਿਖਣ ਦਾ ਵੀ ਦੋਸ਼ੀ ਹੈ, ਵਾਰੰਟ ਤਾਂ ਉਹਦੇ 'ਚ ਵੀ ਨੇ। ਇਹਨਾਂ ਸਾਰਿਆਂ 'ਚੋਂ ਵੱਡਾ ਮਸਲਾ ਸਿੱਖ ਕਤਲੇਆਮ ਵਾਲਾ। ਮੁੜ ਮੁੜ ਕੇ ਕਮੇਟੀਆਂ ਕਮਿਸ਼ਨ ਇਹ ਕਹਿੰਦੇ ਰਹੇ ਕਿ ਇਹਨੂੰ ਫੜਿਓ, ਇਹਨੂੰ ਕਿਸੇ ਫੜਿਆ ਨਹੀਂ। ਸਾਡੇ ਪੰਜਾਬ ਦੇ ਅਕਾਲੀ ਅਤੇ ਉਹਨਾਂ ਦੇ ਨਾਲ, ਕਿਉਂਕਿ ਵਿਹੜੀ ਕੀਤੀ ਆ, ਭਾਈ ਵਾਲੀ ਆ, ਭਾਜਪਾ ਵਾਲੇ ਵੀ ਕਹਿੰਦੇ ਜੀ ਇਹ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ। ਜਦੋਂ ਤੁਹਾਡੀ ਸਰਕਾਰ ਆਉਂਦੀ, ਇਹਨੂੰ ਫੜਦੇ ਕਿਉਂ ਨਹੀਂ? ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਜਨਤਾ ਦਲ ਦੀ ਸੀ, ਪਰ ਗੁਜਰਾਲ ਤਾਂ ਅਕਾਲੀਆਂ ਦਾ ਸੀ, ਹੁਣ ਉਹਦਾ ਮੁੰਡਾ ਵੀ ਅਕਾਲੀਆਂ 'ਚ ਐੱਮ ਪੀ ਹੈ, ਫਿਰ ਦੂਸਰੀ ਵਾਰ ਬਣ ਗਿਆ, ਉਦੋਂ ਕਿਉਂ ਨਾ ਫੜਿਆ ਗਿਆ? ਅਟਲ ਬਿਹਾਰੀ ਵਾਜਪੇਈ ਦੀਆਂ 3 ਸਰਕਾਰਾਂ ਆ ਗਈਆਂ ਜੀ, ਉਹ 'ਚ ਅਕਾਲੀਆਂ ਦੇ ਪੌਣੇ 2 ਮੰਤਰੀ ਬੈਠੇ ਸੀ, ਉਦੋਂ ਕਿਉਂ ਨਾ ਫੜਿਆ ਗਿਆ? ਹੁਣ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਫਿਰ ਨਹੀਂ ਫੜਿਆ ਜਾ ਰਿਹਾ। ਕਾਂਗਰਸੀ ਸਰਕਾਰ ਵੇਲੇ ਉਹਨੂੰ ਇੱਕ ਵਾਰ ਕਲੀਨ ਚਿੱਟ ਮਿਲੀ, 2 ਵਾਰ ਮਿਲੀ, ਅਤੇ ਗਲਤ ਹੋਇਆ। ਸਾਰੇ ਦੇਸ਼ 'ਚ ਰੌਲਾ ਪਿਆ ਕਿ ਕਾਂਗਰਸੀ ਹੈ, ਅਤੇ ਇਸ ਕਰਕੇ ਕਾਂਗਰਸ ਦੀ ਸਰਕਾਰ ਦੇ ਵੇਲੇ CBI ਉਹਨੂੰ ਕਲੀਨ ਚਿੱਟ ਦੇ ਰਹੀ ਹੈ। ਠੀਕ ਹੈ ਜੀ। ਹੁਣ ਨਰਿੰਦਰ ਮੋਦੀ ਦੀ ਸਰਕਾਰ ਆਈ ਤੋਂ ਅਜੇ ਤੱਕ ਸਮਾਂ ਕਿੰਨਾ ਹੋਇਆ? 26 ਮਹੀਨੇ। ਇਹਨਾਂ 26 ਮਹੀਨਿਆਂ ਦੇ ਵਿੱਚ 3 ਵਾਰ ਕਲੀਨ ਚਿੱਟ ਜਗਦੀਸ਼ ਟਾਈਟਲਰ ਨੂੰ ਮਿਲ ਗਈ ਹੈ ਕਿ ਇਹਦਾ ਦੰਗਿਆਂ 'ਚ ਦੋਸ਼ ਕੋਈ ਨਹੀਂ। ਇੱਕ ਹਥਿਆਰਾਂ ਦਾ ਸੌਦਾ ਸੀ, ਹੈਲੀਕਾਪਟਰਾਂ ਦਾ, ਉਹ 'ਚ ਹਥਿਆਰਾਂ ਦਾ ਵਪਾਰੀ ਫੜਿਆ ਗਿਆ, ਉਸ ਵਪਾਰੀ ਨੇ ਪੈਸਿਆਂ ਦੇ ਲੈਣ ਦੇਣ ਦੀਆਂ ਗੱਲਾਂ ਕੀਤੀਆਂ, ਅਤੇ ਉਹਦੇ 'ਚ ਬਿਆਨ ਰਿਕਾਰਡ ਕਰਾਤਾ ਕਿ ਜਗਦੀਸ਼ ਟਾਈਟਲਰ ਸਿੱਖਾਂ ਦੇ ਕਤਲਾਂ 'ਚ ਫਸਿਆ, ਅਤੇ ਇਹਦਾ ਇੱਕ ਗਵਾਹ ਕਨੇਡਾ ਜਾਂ ਅਮਰੀਕਾ 'ਚ ਬੈਠਾ, ਅਤੇ ਉਹਨੂੰ ਇਹਨੇ 1 ਕਰੋੜ ਰੁਪਇਆ ਇੱਧਰ ਦਾ ਇੱਧਰ ਟ੍ਰਾਂਸਫਰ ਕੀਤਾ, ਪੈਸਿਆਂ ਦਾ ਲੈਣ ਦੇਣ ਹੋਇਆ, ਭਾਵੇਂ ਕਿਸੇ ਦੂਜੇ ਕੇਸ 'ਚ ਆਇਆ, ਬਿਆਨ 'ਤੇ ਆ ਗਿਆ ਹਨ। ਅਦਾਲਤ ਕਹਿੰਦੀ ਉਸ ਬਿਆਨ ਦੇ ਆਧਾਰ 'ਤੇ ਜਗਦੀਸ਼ ਟਾਈਟਲਰ ਤੋਂ ਅਗਲੀ ਪੁੱਛਗਿੱਛ ਕਰੋ, ਤੁਸੀਂ ਉਸ ਗਵਾਹ ਤੱਕ ਜਾਂਦੇ ਕਿਉਂ ਨਹੀਂ? ਪਹਿਲਾਂ CBI ਕਹਿੰਦੀ ਸੀ ਗਵਾਹ ਨਹੀਂ ਲੱਭਦਾ, ਫਿਰ ਲੋਕਾਂ ਦੱਸਿਆ ਗਵਾਹ ਫਲਾਣੇ ਥਾਂ, ਫਿਰ 2 ਗਵਾਹ ਹੋਰ ਲੱਭ ਪਏ। CBI ਅਜੇ ਤੱਕ ਵੀ ਪੜਤਾਲ ਕਰਨ ਨੂੰ ਤਿਆਰ ਨਹੀਂ, ਹਰ ਵਾਰੀ ਆ ਕਹਿੰਦੇ ਜੀ ਉਹ ਤਾਂ ਲੱਭਿਆ ਹੀ ਕੁਛ ਨਹੀਂ। ਹੁਣ ਜੱਜ ਨੇ ਇਹ ਕਹਿਤਾ ਕਿ ਤੁਹਾਨੂੰ ਆ ਆਖਰੀ ਮੌਕਾ, ਅਤੇ ਜੇ ਇਸ ਆਖਰੀ ਮੌਕੇ ਦੇ ਉੱਤੇ ਵੀ ਤੁਸੀਂ ਕੁਛ ਕਰਕੇ ਨਾ ਵਿਖਾਇਆ, ਪਹਿਲਾਂ ਪਿਛਲੀ ਸਰਕਾਰ ਦੀ ਜੀ ਹਜ਼ੂਰੀ ਕਰਦੇ ਰਹੇ ਜੇ, ਟਾਈਟਲਰ ਨੂੰ ਬਚਾਉਂਦੇ ਰਹੇ ਜੇ ਹੁਣ ਵਾਲੀ ਸਰਕਾਰ ਦੇ ਕਹਿਣ 'ਤੇ ਵੀ ਤੁਸੀਂ ਟਾਈਟਲਰ ਨੂੰ ਬਚਾਉਣਾ, ਜਿਹੜਾ ਇਹਨਾਂ ਦਾ BJP ਦਾ ਕੁਛ ਨਹੀਂ ਲੱਗਦਾ, ਇਹਦਾ ਮਤਲਬ ਸਾਰਿਆਂ ਦਾ ਹੀ ਲੱਗਦਾ ਉਹ, ਅਤੇ ਫਿਰ ਅਗਲੀ ਪੇਸ਼ੀ ਦੇ ਉੱਤੇ ਤੁਸੀਂ ਨਹੀਂ, ਤੁਹਾਡਾ ਡਾਇਰੈਕਟਰ ਪੇਸ਼ ਹੋਵੇਗਾ। ਇਹ ਵੀ ਪੁੱਛ ਲਿਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਕੈਨੇਡਾ ਦੇ ਹਾਈ ਕਮਿਸ਼ਨ ਤੋਂ ਉੱਥੇ ਜਾਣ ਦੀ ਪਰਮਿਸ਼ਨ ਮੰਗੀ, ਉਸ ਗਵਾਹ ਨਾਲ ਗੱਲਬਾਤ ਦੀ ਪਰਮਿਸ਼ਨ ਮੰਗੀ, ਪਰਮਿਸ਼ਨ ਮਿਲੀ ਨਹੀਂ। ਅਦਾਲਤ ਨੇ ਕਿਹਾ ਅਗਲੀ ਪੇਸ਼ੀ 'ਤੇ ਤੁਹਾਨੂੰ ਉਹ ਰਿਕਾਰਡ ਵੀ ਦੱਸਣਾ ਪੈ ਸਕਦਾ ਜਿਹੜਾ ਚਿੱਠੀ ਪੱਤਰ ਤੁਸੀਂ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਕੀਤਾ। ਹੁਣ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਤਾਂ ਅਦਾਲਤ ਆਰਡਰ ਨਹੀਂ ਦੇ ਸਕਦੀ, ਪਰ ਆਪਣੀ CBI ਨੂੰ ਇਹ ਕਹਿ ਸਕਦੀ ਆ ਕਿ ਤੁਸੀਂ ਕਿਹਾ, ਅਤੇ ਦੱਸੋ ਉੱਥੋਂ ਕੀ ਜਵਾਬ ਮਿਲਿਆ। ਕੈਨੇਡਾ ਦਾ ਹਾਈ ਕਮਿਸ਼ਨ 'ਤੇ ਜੁਰਮ 'ਚ ਭਾਈਵਾਲ ਨਹੀਂ ਨਾ ਹੋ ਸਕਦਾ, ਇਹ ਜੋ ਕੁਛ ਹੋ ਰਿਹਾ ਇੱਥੇ ਹੋ ਰਿਹਾ, CBI ਇਹਨੂੰ ਬਚਾਉਣ ਲੱਗੀ ਹੋਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਦੋਂ ਬਚਾਉਣ ਲੱਗੀ ਹੈ ਜਿਹੜੀ ਸਰਕਾਰ
ਇਹ ਕਹਿੰਦੀ ਹੈ ਕਿ ਦਿੱਲੀ ਦੇ ਸਿੱਖਾਂ ਨਾਲ ਇਨਸਾਫ ਨਹੀਂ ਹੋਇਆ ਤਾਂ ਅਸੀਂ ਕਰਾਵਾਂਗੇ, ਉਹ ਸਰਕਾਰ ਕਿਉਂ ਬਚਾ ਰਹੀ? ਪੰਨ ਸਾਹਿਬ, ਪਰ ਇਹ ਬੜੀ ਮੰਦਭਾਗੀ ਗੱਲ ਹੈ ਕਿ ਜਗਦੀਸ਼ ਟਾਇਟਲਰ ਇੰਨਾ ਲੰਬਾ ਸਮਾਂ ਮੰਨਿਆ ਕਿ ਕਾਂਗਰਸ ਦੀਆਂ ਸਰਕਾਰਾਂ ਸਨ ਕੇਂਦਰ ਵਿੱਚ, ਉਸਦੀ ਆਪਣੀ ਪਾਰਟੀ ਸੀ, ਲੇਕਿਨ ਹੁਣ ਦਾ ਉਸਦਾ ਇੰਨਾ ਸਮਾਂ ਕੱਢ ਜਾਣਾ, ਇਸੇ ਤਰ੍ਹਾਂ ਅਦਾਲਤਾਂ ਤੋਂ ਬਚੀ ਜਾਣਾ, ਕਾਨੂੰਨ ਤੋਂ ਬਚੀ ਜਾਣਾ, ਇਹ ਕੀ ਸਾਬਤ ਕਰਦਾ? ਇਹ 32 ਸਾਲ ਇਸੇ ਤਰ੍ਹਾਂ ਇਸ ਕਰਕੇ ਲੰਘ ਗਿਆ ਕਿਉਂਕਿ ਉਹਦੀ ਸਾਰੀਆਂ ਪਾਰਟੀਆਂ 'ਚ ਚਵਾਨੀ ਪੱਤੀ ਆ ਜਿਹੜੇ ਉਹਦੇ ਖਿਲਾਫ ਸਟੇਜਾਂ 'ਤੇ ਬੋਲਦੇ ਆ, ਵੇਲੇ ਕੁਲੇ ਦੀਆਂ ਸਾਂਝਾਂ ਉਹਨਾਂ ਦੇ ਨਾਲ ਵੀ ਸਾਰਿਆਂ ਨਾਲ ਲੱਗੀਆਂ ਹੁੰਦੀਆਂ। ਠੀਕ ਹੈ ਜੀ, ਪੰਨ ਸਾਹਿਬ, ਗੱਲ ਕਰਦੇ ਹਾਂ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਹੁਤ ਸਾਰੇ ਕਪੜੇ ਹੋਏ, ਉਹਨਾਂ ਕਪੜਿਆਂ ਦੇ ਵਿੱਚੋਂ ਕਈਆਂ ਦੀ ਜਾਂਚ ਚੱਲਦੀ ਆ ਰਹੀ ਹੈ, ਅਤੇ ਹੁਣ CBI ਦੇ ਇੱਕ ਡਾਇਰੈਕਟਰ ਨੂੰ ਵੀ ਜਿਹੜਾ ਹੈ ਪੁੱਛਗਿੱਛ ਲਈ ਸੱਦਿਆ ਗਿਆ, ਉਸ 'ਤੇ ਦੋਸ਼ ਲੱਗੇ ਨੇ। ਇਹ ਸਾਰਾ ਮਾਜਰਾ ਕੀ ਹੈ, ਕਿਹੜੇ ਕੇਸ ਦੇ ਵਿੱਚ ਉਹ CBI ਦੀ ਖਿਚਾਈ ਹੋ ਰਹੀ ਹੈ? ਜਿਹੜੀਆਂ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟਾਂ ਦਿੱਤੀਆਂ ਸੀ, ਉਹ ਵੀ ਇਸੇ ਡਾਇਰੈਕਟਰ ਦੇ ਵੇਲੇ ਦਿੱਤੀਆਂ ਗਈਆਂ ਸੀ। ਡਾਇਰੈਕਟਰ ਦਾ ਨਾਂ ਰਣਜੀਤ ਸਿਨਹਾ। ਇਹ ਜਗਦੀਸ਼ ਟਾਇਟਲਰ ਦੇ ਕੇਸ ਵਿੱਚ ਨਹੀਂ ਫਸਦਾ, ਇਹ ਫਸਦਾ 2-3 ਗੱਲਾਂ 'ਚ। ਇੱਕ ਮਾਮਲਾ ਸੀ 2G ਟੈਲੀਕਾਮ ਸਪੈਕਟਰਮ ਦਾ, ਜਿਹਦੇ ਵਿੱਚ 2.25 ਲੱਖ ਕਰੋੜ ਦਾ ਘਪਲਾ ਹੋਇਆ ਸੀ। ਦੂਜਾ ਮਾਮਲਾ ਉਹ ਤੋਂ ਵੱਡਾ ਆ ਗਿਆ, ਕੋਲਾ ਸਕੈਂਡਲ, ਜਿਹਦੇ ਵਿੱਚ 10 ਲੱਖ ਕਰੋੜ ਰੁਪਏ ਦਾ ਘਪਲਾ ਸੀ। ਉਸ ਘਪਲੇ 'ਚ ਇੱਕ ਮੌਕੇ ਸੁਪਰੀਮ ਕੋਰਟ ਨੇ ਆਖਿਆ ਸੀ ਸਿੱਧੀ ਮੋਨੀਟਰਿੰਗ ਕਰਾਂਗੇ, ਖਿਆਲ ਕਰਾਂਗੇ CBI ਕਿਸੇ ਦਾ ਲਿਹਾਜ਼ ਨਾ ਕਰੇ। CBI ਨੇ ਫਿਰ ਲਿਹਾਜ਼ ਕੀਤਾ, ਇੱਕ ਮੰਤਰੀ ਨੂੰ ਫਾਈਲਾਂ ਵਿਖਾਉਣ ਚਲੀ ਗਈ, ਜਦਕਿ ਅਦਾਲਤ ਨੇ ਆਖਿਆ ਸੀ ਮੰਤਰੀ ਨੂੰ ਨਹੀਂ ਵਿਖਾਉਣੀਆਂ, ਸਾਡੇ ਕੋਲ ਸਿੱਧੀਆਂ ਲਿਆਉਣੀਆਂ ਨੇ। ਉਦੋਂ ਸੁਪਰੀਮ ਕੋਰਟ ਨੇ ਆਖਿਆ ਕਿ CBI ਜਾਂਚ ਏਜੰਸੀ ਹੈ, ਕਿ ਲੀਡਰਾਂ ਦੇ ਪਿੰਜਰੇ ਦਾ ਤੋਤਾ। ਇਹ ਡਾਇਰੈਕਟਰ ਉਦੋਂ ਸੀ ਰਣਜੀਤ ਸਿਨਹਾ। ਹੁਣ ਗੱਲਾਂ ਵਿੱਚੋਂ ਕੀ ਨਿਕਲਦੀਆਂ ਪਈਆਂ, ਸਰਕਾਰ ਬਦਲ ਜਾਣ ਤੋਂ ਬਾਅਦ, ਇਹਦੇ ਰਿਟਾਇਰ ਵੀ ਹੋ ਜਾਣ ਤੋਂ ਬਾਅਦ ਨਵਾਂ ਨੁਕਤਾ ਇਹ ਨਿਕਲਿਆ ਕਿ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ 2G ਟੈਲੀਕਾਮ ਸਪੈਕਟਰਮ ਦੇ ਕੇਸ ਸੀ, ਜਿਨ੍ਹਾਂ ਦੇ ਖਿਲਾਫ ਕੋਲਾ ਅਲਾਟਮੈਂਟ ਦੇ ਕੇਸ ਸੀ, ਉਹ ਬੰਦਿਆਂ ਨੇ ਕਦੇ ਇਹਨੂੰ ਟੈਲੀਫੋਨ ਨਹੀਂ ਕੀਤੇ, ਕਦੇ ਇਹਦੇ ਦਫ਼ਤਰ 'ਚ ਨਹੀਂ ਮਿਲੇ, ਪਰ ਇਹਦੇ ਘਰ ਆ ਕੇ ਮਿਲਦੇ ਰਹੇ। ਇਹਦੇ ਘਰ ਦੇ ਵਿੱਚ ਬਾਹਰ ਸਿਕਿਉਰਿਟੀ ਦਾ ਜਿਹੜਾ ਆਦਮੀ ਆ, ਉਹਦੇ ਕੋਲ ਇੱਕ ਰਜਿਸਟਰ ਲੱਗਾ ਹੁੰਦਾ ਜੀ, ਅਤੇ ਹਰ ਇੱਕ ਦੀ ਐਂਟਰੀ ਹੁੰਦੀ ਹੈ ਕਿ ਇਹਦੇ ਘਰ ਦੇ ਐਂਟਰ ਕੌਣ ਗਿਆ। ਬਿਲਕੁਲ ਜੀ, ਅਤੇ ਉਹ ਬੰਦਾ ਇਹਦੇ ਡਿਪਾਰਟਮੈਂਟ ਦਾ ਹੁੰਦਾ, ਉਹਨੂੰ ਇਹ ਕਹਿ ਦਿੰਦੇ ਫਲਾਨਾ ਬੰਦਾ ਆ ਰਿਹਾ ਅਤੇ ਉਹਦੀ ਐਂਟਰੀ ਨਾ ਕਰਿਓ, ਯਾਨੀ ਚੁੱਪ ਚਪੀਤੇ ਮਿਲਣਾ, ਅਤੇ ਬੰਦੇ ਮਿਲਦੇ ਰਹੇ। ਜਦੋਂ ਇਹ ਆਖਿਆ ਗਿਆ ਇਹਨੂੰ ਘਰ ਮਿਲਦੇ ਰਹੇ, ਅਤੇ ਇਹਨੇ ਜਾ ਕੇ ਅਦਾਲਤ ਵਿੱਚ ਰਜਿਸਟਰ ਪੇਸ਼ ਕਰਤਾ ਜੀ, ਸਿੱਧਾ ਹੀ ਝੂਠ ਬੋਲਿਆ ਜਾ ਰਿਹਾ, ਮੈਨੂੰ ਕੋਈ ਬੰਦਾ ਮਿਲਿਆ ਹੀ ਨਹੀਂ। ਠੀਕ ਹੈ ਜੀ, ਇਹ ਗੱਲ ਆਪਣੇ ਆਪ 'ਚ ਬੜੀ ਸਿੱਕੇਬੰਦ ਸੀ, ਪਰ ਜਿਹਨਾਂ ਕੇਸ ਕੀਤਾ ਸੀ ਉਹਨਾਂ ਦੂਜੇ ਸਬੂਤ ਲਿਆਂਦੇ। ਉਹਨਾਂ ਨੇ ਕਿਹਾ ਜੀ ਇਹਦੇ ਘਰ ਦੇ ਉੱਤੇ ਜਿਹੜੀ ਸਿਕਿਉਰਿਟੀ ਲੱਗੀ ਆ ਜੀ, ਉਹ ਪੈਰਾਮਿਲਟਰੀ ਫੋਰਸ ਦੀ ਆ, ਕਦੇ CRP ਦੀ ਅਤੇ ਕਦੇ BSF ਦੀ। ਠੀਕ ਹੈ ਜੀ, ਇਹਦੇ ਘਰ 'ਚ ਜਾਣ ਵਾਲੇ ਬੰਦਿਆਂ ਦੀਆਂ 2 ਐਂਟਰੀਆਂ ਹੁੰਦੀਆਂ, ਕਿਉਂਕਿ ਸਿਕਿਉਰਿਟੀ ਜਾਣ ਦਾ ਖਤਰਾ। ਇੱਕ ਐਂਟਰੀ ਇਹਦੇ ਡਿਪਾਰਟਮੈਂਟ ਦਾ ਬੰਦਾ ਗੇਟ ਦੇ ਉੱਤੇ ਕਰਦਾ, ਇੱਕ ਬੰਦਾ ਬਾਹਰ ਕੰਪਲੈਕਸ ਦੇ ਉੱਤੇ ਪੈਰਾਮਿਲਟਰੀ ਫੋਰਸ ਦਾ ਜਿਹੜਾ ਉਹ ਕਰਦਾ ਕਿ ਇਸ ਕੰਪਲੈਕਸ ਦੇ ਅੰਦਰ ਕੌਣ ਗਿਆ, ਅਤੇ ਉਹਨਾਂ ਬੰਦਿਆਂ ਦੇ ਰਜਿਸਟਰ 'ਚ ਉਹ ਐਂਟਰੀਆਂ ਹੈਗੀਆਂ ਜਿਨ੍ਹਾਂ 'ਤੇ ਲਿਖਿਆ ਕਿ ਰਾਤ ਨੂੰ 9:00 ਵਜੇ 9 ਮਿੰਟ 9 ਸੈਕਿੰਡ ਦੇ ਉੱਤੇ ਫਲਾਨਾ ਬੰਦਾ ਇੱਥੋਂ ਨਿਕਲ ਕੇ CBI ਦੇ ਡਾਇਰੈਕਟਰ ਨੂੰ ਮਿਲਣ ਗਿਆ। ਇਹਦੇ 'ਚੋਂ ਇਹ ਵੀ ਸਾਫ਼ ਹੋ ਗਿਆ ਕਿ ਇੰਨੀ ਬਦਨੀਤੀ ਸੀ ਕਿ ਆਪਣੀ ਕੋਠੀ ਦੇ ਐਂਟਰੀ ਗੇਟ ਦੇ ਉੱਤੇ ਐਂਟਰੀਆਂ ਵੀ ਨਹੀਂ ਹੋਣ ਦਿੱਤੀਆਂ, ਬੰਦਿਆਂ ਨੂੰ ਉੱਦਾਂ ਮਿਲਦਾ ਰਿਹਾ, ਪਰ ਇਹਨੂੰ ਇਹ ਨਹੀਂ ਸੀ ਪਤਾ ਕਿ ਪੈਰਾਮਿਲਟਰੀ ਫੋਰਸ ਜਿਹੜੀ ਉਹਦਾ ਰਜਿਸਟਰ ਵੀ ਫਸਾ ਸਕਦਾ। 2012 ਦੀਆਂ ਚੋਣਾਂ ਦੇ ਵਿੱਚ ਸਾਡੇ ਪੰਜਾਬ ਪੁਲਿਸ ਵਾਲੇ ਕਿਹੜੀ ਗੱਲ ਤੋਂ ਫਸ ਗਏ ਸੀ ਕਿ ਜਲੰਧਰ ਦੀ ਇੱਕ ਕੌਂਸਟੀਚੁਐਂਸੀ 'ਚ ਜਿੱਥੇ ਵੋਟਾਂ ਵਾਲੀਆਂ ਮਸ਼ੀਨਾਂ ਪਈਆਂ ਸੀ, ਇੱਕ ਮਸ਼ੀਨ ਨੇ ਅੱਧੀ ਰਾਤ ਨੂੰ ਬੀਪ ਦੀ ਆਵਾਜ਼ ਦਿੱਤੀ। ਅੱਛਾ ਜੀ, ਰਿਟਰਨਿੰਗ ਅਫਸਰ ਭਜਾਇਆ, ਬਾਕੀ ਸਾਰੇ ਭੱਜੇ ਆਏ, ਟੈਕਨੀਕਲ ਐਕਸਪਰਟ ਸੀ ਉਹਨੂੰ ਲਿਆਂਦਾ, ਉਹ ਆ ਕੇ ਮਸ਼ੀਨਾਂ ਠੀਕ ਕਰ ਗਿਆ। ਫਿਰ ਇਹਨਾਂ ਨੇ ਕਿਤੇ ਐਂਟਰੀ ਨਹੀਂ ਪਾਈ, ਇਹ ਕਹਿਤਾ ਕਿ ਐਂਟਰੀ ਨਾਲ ਐਵੇਂ ਹਿਲਜੁਲ ਹੋਊਗੀ, ਅਤੇ ਲਿਖੋ ਜੀ ਸਭ ਠੀਕ ਠਾਕ ਸੀ, ਪਤਾ ਨਹੀਂ ਕਿੱਥੋਂ ਆਵਾਜ਼ ਆਈ, ਕੁਛ ਨਹੀਂ ਲੱਭਾ, ਅਤੇ ਕੋਈ ਰਿਕਾਰਡ ਦਰਜ ਨਾ ਕਰੋ। ਠੀਕ, ਇਹਨਾਂ ਕੀਤਾ ਨਹੀਂ, ਪੁਲਿਸ ਵਾਲੇ ਸੀ ਉੱਥੇ, ਉਹਨਾਂ ਕੀਤਾ ਨਹੀਂ, ਪਰ ਉੱਥੇ ਲੱਗੀ ਸੀ ਪੈਰਾਮਿਲਟਰੀ ਫੋਰਸ ਇੰਡੋ ਤਿਬਤਨ ਬਾਰਡਰ ਪੁਲਿਸ ਦੀ। ਅੱਛਾ ਜੀ, ਉਹਨਾਂ ਵਿੱਚ ਲਿਖਤਾ ਕਿ ਰਾਤ ਨੂੰ 9:00 ਵਜੇ 9 ਮਿੰਟ ਉੱਤੇ ਰਿਟਰਨਿੰਗ ਅਫਸਰ ਫਲਾਨਾ 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 ਸਾਰੇ ਆਏ ਸੀ, ਨਾਲ ਪੁਲਿਸ ਦੇ ਫਲਾਨੇ ਫਲਾਨੇ ਬੰਦੇ ਉੱਥੇ ਡਿਊਟੀ 'ਤੇ ਸੀ, ਇਹ ਅੰਦਰ ਗਏ ਪਤਾ ਨਹੀਂ ਕੀ ਕਰਕੇ ਆਏ। ਅੱਛਾ ਜੀ, ਉਹ ਅੱਜ ਤੱਕ ਉਹਦਾ ਜਵਾਬ ਨਹੀਂ ਦਿੱਤਾ ਜਾ ਸਕਿਆ, ਸਾਰੇ ਫਸੇ ਪਏ ਆ ਕਿ ਪੇਸ਼ੀਆਂ ਭੁਗਤਦੇ ਪਏ ਆ। ਇਹੋ ਹੀ ਕੰਮ ਰਣਜੀਤ ਸਿੰਘ ਨਾਲ ਹੋ ਗਿਆ। ਹੁਣ ਇਸ ਮੰਗਲਵਾਰ ਜਿਹੜੀ ਸੁਪਰੀਮ ਕੋਰਟ ਹੈ, ਉਹਨੇ CBI ਹਿੰਦੁਸਤਾਨ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਜਿਹੜੀ ਹੈ, ਉਹਦੇ ਸਾਬਕਾ ਮੁਖੀ ਨੂੰ ਰਣਜੀਤ ਸਿਨਹਾ ਨੂੰ ਇਸ ਗੱਲ ਦਾ ਦੋਸ਼ੀ ਠਹਿਰਾ ਦਿੱਤਾ ਹੈ ਕਿ ਉਹਨੇ ਸੁਪਰੀਮ ਕੋਰਟ ਕੋਲ ਵੀ ਝੂਠ ਬੋਲਿਆ, ਰੋਕਣ ਦੇ ਬਾਵਜੂਦ ਮੰਤਰੀਆਂ ਨਾਲ ਸਲਾਹਾਂ ਕਰਦਾ ਰਿਹਾ, ਅਤੇ ਸਭ ਤੋਂ ਵੱਡੀ ਗੱਲ ਇਹ
कि जिहड़े दोषियों के खिलाफ पड़ताल करता पिया सी कोला स्कैंडल दी कि जिन्हां ने करोड़ां नहीं अरबां नहीं खरबां रुपया कमा लिया उन्हां नूं रात बराते अपने घर सद के मिलदा रहा। यह बहुत वड्डा पाप है जिहड़े ने कीता पर हुण उह फस गया। बकरे की माँ किन्ने क दिन खैर मनाएगी, अगले दिन ये औखे हो गए। पर सब वैसे जिहड़े इस तरह जांच एजेंसियां दे मुखी हुंदे ने दुनिया के किसी भी छोटे तो छोटे देश भावें होण बड़े उत्तम किस्म के बंदे लाए जाते हैं। तो यह किहो जिहा मुखी है जिन्हों यह नहीं सी पता कि मैं जे रिकॉर्ड मैं साफ करना है तो मैं किस हद तक करना। मैं एक बार मुख्यमंत्री ब्यांसो जदों हुंदा सी उहनूं इह गल आखी सी कि फलाने महकमे का मंत्री तुसीं ला दिता बंदा बड़ा हल्का तो सर्किट हाउस बैठे सां तो उन्हें मैनूं हस के अगों आख्या कहिंदा पन्नू पंजाब दे कांग्रसियां च जिहड़ा तैनूं भारा दसदा उहनूं ला दिंदा दिसदा उहनूं ला दिंदे आ ये तो साढ़े कोल इदां दे ही आ। ठीक है जी, जिद्दां उहने कहा सी उदां दी हालत अकालियां च उदां दी भाजपा च साडी अफसरशाही विच वी जिहड़ा कोई इमानदार उहदे विचारा थल्ले नुकरे लगा बैठा। अशोक खेमका सी उहनूं हरियाणे दी कांग्रसी सरकार पिछली ने जदों पंजवीं छेवीं बार बदली की तो सबका मुख्यमंत्री चौटाले ने निखेधी की कि इमानदार बंदे नूं तंग किया जा रहा। तो जदों मीडिया वाले ने उन्हूं पुछया अशोक खेमके नूं कि तैनूं तंग किया जा रहा तो ओम प्रकाश चौटाला ने भी इस गल की निखेधी की है तेरा की ख्याल है तो उच्ची उच्ची हसया तो हस के कहिंदा ओम प्रकाश चौटाले नूं मैं कदों दा चंगा लगन लग पिया उहदे पंज साल दे राज च 11 बदलियां उहने मेरियां कीतियां सी हर 4 महीने मेरा बिस्तरा चुका दिंदा सी हुण बीजेपी की सरकार आई है इन्हां ने भी उहनूं नुकरे लाया हर महीने उहदी बदली कर दिंदे आ। ਇਮਾਨਦਾਰ ਬੰਦੇ ਨੂੰ ਤੁਰਨ ਕੌਣ ਦਿੰਦਾ? ਇਸ ਸਿਸਟਮ 'ਚ ਇੱਦਾਂ ਦੇ ਹੀ ਆਉਂਦੇ ਜਿੱਦਾਂ ਦਾ ਰਣਜੀਤ ਸਿੰਘ ਪਿੰਜਰੇ 'ਚ ਪੈਣ ਵਾਲੇ ਤੋਤੇ ਹੀ ਆਉਂਦੇ ਆ। ਠੀਕ ਹੈ ਜੀ, ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਅਤੇ ਗੱਲਬਾਤ ਨੂੰ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਬਿੱਲਾ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ, ਲਵ ਯੂ। ਬ੍ਰੇਕ ਤੋਂ ਬਾਅਦ ਪ੍ਰਾਈਮ ਡਿਸਕਸ਼ਨ ਵਿੱਚ ਫਿਰ ਆਪ ਜੀ ਦਾ ਸਵਾਗਤ ਹੈ। ਪੰਨੂ ਸਾਹਿਬ, ਹੁਣ ਗੱਲਬਾਤ ਕਰਦੇ ਹਾਂ ਭਾਰਤ ਦੇ ਉਸ ਸੂਬੇ ਦੀ ਜਿਸ ਦੇ ਉੱਤੇ ਹਰ ਕੋਈ ਪਾਰਟੀ ਚਾਹੁੰਦੀ ਹੈ ਕਿ ਸਾਡਾ ਰਾਜ ਹੋਵੇ। ਕਾਂਗਰਸ ਪਾਰਟੀ ਬੜੀ ਦੇਰ ਤੋਂ ਤਰਸ ਗਈ ਆ ਉੱਥੇ ਆਪਣੀ ਸਰਕਾਰ ਬਣਾਉਣ ਤੋਂ। ਯੂਪੀ ਦੀ ਗੱਲ ਕਰਦੇ ਹਾਂ, ਚੋਣਾਂ ਹੋਣ ਵਾਲੀਆਂ ਨੇ, ਸਾਰੀਆਂ ਪਾਰਟੀਆਂ ਆਪੋ ਆਪਣੀਆਂ ਚਾਲਾਂ ਚੱਲ ਰਹੀਆਂ ਨੇ। ਸਮਾਜਵਾਦੀ ਪਾਰਟੀ, ਬੀਜੇਪੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਦੁਚਿੱਤੀ 'ਚ ਪਈ ਹੋਈ ਹੈ ਹਮੇਸ਼ਾ ਦੀ ਤਰ੍ਹਾਂ। ਕਦੇ ਤਾਂ ਰਾਜ ਬੱਬਰ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਦੇ ਪ੍ਰਿਯੰਕਾ ਗਾਂਧੀ ਨੂੰ ਜਿਹੜਾ ਹੈ ਦੱਸਿਆ ਜਾਂਦਾ ਹੈ ਕਿ ਉਸ ਨੂੰ ਯੂਪੀ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਦੁਚਿੱਤੀ ਕੀ ਹੈ ਅਤੇ ਕਦੋਂ ਤੱਕ ਚੱਲੇਗੀ? ਦੇਖੋ, ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਜਿਹਨੇ ਸਭ ਤੋਂ ਵੱਧ ਪ੍ਰਧਾਨ ਮੰਤਰੀ ਅਤੇ ਸਭ ਤੋਂ ਵੱਧ ਰਾਸ਼ਟਰਪਤੀ ਦਿੱਤੇ ਆ, ਪਰ ਹੁਣ ਉੱਥੇ ਕਾਂਗਰਸ ਪਾਰਟੀ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਨਾ 3 'ਚ ਨਾ 13  'ਚ ਕਿਸੇ ਗਿਣਤੀ 'ਚ ਹੈ ਨਹੀਂ। 1999 'ਚ ਸਰਕਾਰ ਦਾ ਭੋਗ ਪਿਆ, ਉਦੋਂ ਬਾਅਦ ਫਿਰ ਇਹੋ ਹੀ ਹੈ ਕਿ ਭਾਵੇਂ ਸਾਰਾ ਪਿੰਡ ਮਰ ਜਾਵੇ ਕਾਂਗਰਸ ਪਾਰਟੀ ਵਾਲਿਆਂ ਦੀ ਉੱਥੇ ਲੰਬੜਦਾਰੀ ਨਾ ਆਈ ਹੈ ਨਾ ਆਉਣੀ ਹੈ, ਅਜੇ ਤੱਕ ਇਹੋ ਜਾਪਦਾ। ਠੀਕ ਹੈ ਜੀ, ਇਹ ਵੱਡੀ ਝਾਕ ਰੱਖ ਕੇ ਉੱਧਰ ਨੂੰ ਜਾਂਦੇ ਆ। ਇੱਕ ਹਲਕਾ ਪੁਰਾਣਾ ਨਹਿਰੂ ਗਾਂਧੀ ਪਰਿਵਾਰ ਦਾ ਰਾਏਬਰੇਲੀ ਅਤੇ ਦੂਜਾ ਅਮੇਠੀ ਇਹਨਾਂ ਨੇ ਬਚਾਇਆ ਹੋਇਆ, ਉਹਨਾਂ ਕੁ ਬਚਾ ਲਿਆ ਕਾਫੀ ਆ, ਉਹਦੇ ਤੋਂ ਅੱਗੇ ਜਾਣ ਜੋਗੇ ਹੈ ਨਹੀਂ। ਹੁਣ ਨਾ ਪਿਛਲੇ ਸਮੇਂ 'ਚ ਕਈ ਤਜਰਬੇ ਕੀਤੇ, ਇੱਕ ਵਾਰੀ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਵੀ ਚੋਣਾਂ ਲੜੀਆਂ, ਇਸ ਵਾਰੀ ਉਹਨਾਂ ਦੇ ਮਨ 'ਚ ਇਹ ਆ ਗਿਆ ਕਿ ਸ਼ਾਇਦ ਅਸੀਂ ਰਾਜ ਬੱਬਰ ਫਿਲਮ ਸਟਾਰ ਨੂੰ ਅੱਗੇ ਲਾਈਏ। ਕੁਛ ਲੋਕ ਕਹਿੰਦੇ ਆ ਰਾਜ ਬੱਬਰ ਨੂੰ ਲਾ ਲਓ, ਕੁਛ ਕਹਿੰਦੇ ਆ ਨਹਿਰੂ ਗਾਂਧੀ ਟੱਬਰ ਨੂੰ ਹੀ ਰਹਿਣ ਦਿਓ। ਰਾਜ ਬੱਬਰ ਅਤੇ ਨਹਿਰੂ ਗਾਂਧੀ ਟੱਬਰ ਦੇ ਵਿਚਾਲੇ ਗੱਲ ਚੱਲਦੀ ਹੈ। ਅੰਤ ਨੂੰ ਫੈਸਲਾ ਹੋਇਆ ਕਿ ਰਾਜ ਬੱਬਰ ਨੂੰ ਸੂਬੇ ਦਾ ਪ੍ਰਧਾਨ ਬਣਾ ਦਿਓ ਉੱਤਰ ਪ੍ਰਦੇਸ਼ ਦਾ, ਅਤੇ ਨਹਿਰੂ ਗਾਂਧੀ ਪਰਿਵਾਰ ਦੀ ਆਸ ਦੀ ਆਖਰੀ ਕਿਰਨ ਜਿਹੜੀ ਆ ਪ੍ਰਿਯੰਕਾ ਗਾਂਧੀ ਉਹਨੂੰ ਮੈਦਾਨ 'ਚ ਲਿਆਓ। ਪ੍ਰਿਯੰਕਾ ਗਾਂਧੀ ਅਜੇ ਆਉਣ ਨੂੰ ਤਿਆਰ ਨਹੀਂ। ਉਹ ਸਮਝਦੀ ਹੈ ਕਿ ਨੈਸ਼ਨਲ ਲੈਵਲ 'ਤੇ ਕੋਈ ਲੜਾਈ ਲੜਾਂ ਜਾਂ ਕੋਈ ਦਿੱਲੀ ਵਗੈਰਾ 'ਚ ਲੜਾਂ, ਕਿਤੇ ਉੱਥੇ ਖਲੋਵਾਂ ਜਿੱਥੋਂ ਮੈਂ ਕੁਝ ਨਾ ਕੁਝ ਖੱਟ ਕੇ ਨਿਕਲਾਂ, ਅਤੇ ਜੇ ਅੱਗੇ ਉੱਥੇ 25 ਸੀਟਾਂ ਹੋਣ 'ਤੇ ਇਹਦੇ ਜਾਣ ਤੋਂ ਬਾਅਦ 5 ਹੋਰ ਵੀ ਘੱਟ ਗਈਆਂ ਜਾਂ 2 ਵੱਧ ਵੀ ਗਈਆਂ, ਪੱਲੇ ਕੁਛ ਨਾ ਪਿਆ ਅਤੇ ਉਹ ਕਹਿਣਗੇ ਬੜਾ ਰੌਲਾ ਪਾਉਂਦੇ ਸੀ, ਨਤੀਜਾ ਕੀ ਨਿਕਲਿਆ? ਇਹ ਕੋਈ ਇਸ ਗੱਲੋਂ ਵੀ ਡਰਦੇ ਆ ਕਿ ਜੇ ਪ੍ਰਿਯੰਕਾ ਗਾਂਧੀ ਚਮਕ ਗਈ
ਤਾਂ ਫਿਰ ਭਰਾ ਸਾਰੀ ਉਮਰ ਲਈ ਡਸਟਬਿਨ 'ਚ ਚੱਲ ਜੂਗਾ, ਉਹ ਕਿਸੇ ਗਿਣਤੀ 'ਚ ਨਹੀਂ। ਠੀਕ ਹੈ, ਉਹਨਾਂ ਆਖਣਾ ਕਿ ਉਹ ਬੁਰੀ ਤਰ੍ਹਾਂ ਫੇਲ ਹੋਇਆ ਇਸ ਕੁੜੀ ਨੂੰ ਚਮਕਾ ਦਿੱਤਾ। ਇੱਕ ਸਮੱਸਿਆ ਇਹ ਵੀ ਹੈ ਕਿ ਜਦੋਂ ਪ੍ਰਿਯੰਕਾ ਗਾਂਧੀ ਸਾਹਮਣੇ ਆਵੇਗੀ ਉਦੋਂ ਉਹਦੇ ਨਾਲ ਰਾਬਰਟ ਵਾਡਰਾ ਵੀ ਆਉਣਾ, ਜਿਹਦੇ ਉੱਤੇ ਸਕੈਂਡਲਾਂ ਦਾ ਢੇਰ ਲੱਗਾ, ਹਰ ਮਾਮਲੇ 'ਚ ਹਰ ਬੇਈਮਾਨੀ 'ਚ ਉਹਦਾ ਨਾਂ ਗੂੰਜਦਾ। ਬੜੇ ਸ਼ਸ਼ੋਪੰਚ ਆ ਕਾਂਗਰਸ ਪਾਰਟੀ। ਜਿਹੜੀ ਪ੍ਰਧਾਨ ਅੱਗੇ ਇਹਨਾਂ ਨੇ ਬਣਾਈ ਸੀ ਰੀਤਾ ਬਹੁਗੁਣਾ ਜੋਸ਼ੀ, ਉਹਨੂੰ ਹੁਣ ਤੱਕ ਬਰਦਾਸ਼ਤ ਕਰਦੇ ਰਹੇ, ਵੈਸੇ ਲੀਡਰ ਵਾਲੀ ਗੱਲ ਉਹ 'ਚ ਹੈ ਨਹੀਂ ਸੀ ਕੋਈ, ਅਤੇ ਹੁਣ ਉਹਦੀ ਵੀ ਬਰਦਾਸ਼ਤ ਕਰਨ ਦੀ ਲੋੜ ਨਹੀਂ ਕਿਉਂਕਿ ਉਹਦਾ ਸਕਾ ਭਰਾ ਉੱਤਰਾਖੰਡ ਦਾ ਮੁੱਖ ਮੰਤਰੀ ਬਣਾਇਆ ਸੀ ਅਤੇ ਪਾਰਟੀ ਦੇ ਪਿੱਠ 'ਚ ਛੁਰਾ ਮਾਰ ਕੇ ਨਰਿੰਦਰ ਮੋਦੀ ਨਾਲ ਜਾ ਮਿਲਿਆ, ਅਤੇ ਫਿਰ ਇਸ ਬੀਬੀ ਨੂੰ ਵੀ ਉੱਥੇ ਨਾਲ ਟਿਕਾਈ ਰੱਖਣ ਦੀ ਕੋਈ ਬਹੁਤੀ ਲੋੜ ਨਹੀਂ ਰਹਿ ਜਾਂਦੀ, ਉਹ ਵੀ ਪਾਸੇ ਕਰਤੀ ਹੈ। ਹੁਣ ਕਾਂਗਰਸ ਪਾਰਟੀ ਜਿਹੜਾ ਡੁੱਬਦੀ ਨੂੰ ਤਿਨਕੇ ਕਾ ਸਹਾਰਾ ਵਾਲੀ ਗੱਲ ਹੈ, ਉਹਦੇ 'ਚ ਗੁਲਾਮ ਨਬੀ ਆਜ਼ਾਦ ਨੂੰ ਅੱਗੇ ਲਾ ਕੇ, ਰਾਜ ਬੱਬਰ ਨੂੰ ਅੱਗੇ ਲਾ ਕੇ, ਪ੍ਰਿਯੰਕਾ ਗਾਂਧੀ ਨੂੰ ਇੱਥੇ ਲਿਆਂਦਾ ਕਿ ਹੁਣ ਤੱਕ ਉਹ ਰਾਏਬਰੇਲੀ ਅਤੇ ਅਮੇਠੀ ਦੇ ਹਲਕਿਆਂ ਸੀ, ਅਤੇ ਇਸ ਵਾਰੀ ਉਹਨੂੰ ਪੂਰੇ ਯੂਪੀ 'ਚ ਘੁਮਾਇਆ ਜਾਵੇ। ਜੇ ਯੂਪੀ 'ਚ ਘੁਮਾਇਆ ਜਾਵੇ ਤਾਂ ਉੱਥੇ ਜਾ ਕੇ ਤਕਰੀਰਾਂ ਕਿੰਨੀਆਂ ਕਰੂ, ਅਤੇ ਜੇ ਯੂਪੀ 'ਚ ਘੁਮਾਇਆ ਜਾਵੇ ਤਾਂ ਰਾਬਰਟ ਵਾਡਰਾ ਨਾਲ ਜਾਊ ਕਿ ਪਿੱਛੇ ਜਵਾਕਾਂ ਨੂੰ ਸਾਂਭੂ ਕਿ ਉਹਨੇ 'ਚ ਉਹਨੂੰ ਕੋਈ ਨਵਾਂ ਚੰਦ ਚਾੜ ਦੂ। ਇਹ ਸਮੱਸਿਆਵਾਂ ਕਈ ਨੇ ਜਿਨ੍ਹਾਂ 'ਚ ਕਾਂਗਰਸ ਪਾਰਟੀ ਬੜੀ ਬੁਰੀ ਤਰ੍ਹਾਂ ਉਲਝੀ ਪਈ ਹੈ, ਅੱਕੀ ਪਲਾਈ ਹੱਥ ਮਾਰਦੀ ਹੈ, ਪਰ ਲੱਗਦਾ ਪੱਲੇ ਕੱਖ ਨਹੀਂ ਪੈਣਾ। ਠੀਕ ਹੈ ਜੀ, ਇਹ ਪੰਨੂ ਸਾਹਿਬ ਇਹਦੇ ਵਿੱਚੋਂ ਗੱਲ ਇੱਕ ਹੋ ਪੀਤੀ ਹੈ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਇੱਕ ਇਹਨਾਂ ਦੀ ਇੱਕ ਸਾਂਝੀ ਗੱਲ ਹੈ ਕਿ ਐਰੋਗੈਂਸੀ ਬੜੀ ਹੈ, ਜਿੱਥੇ ਅੜਦੇ ਨੇ ਅੜ ਜਾਂਦੇ ਨੇ ਕਿ ਆਹ ਕੰਮ ਜੇ ਗੱਠਜੋੜ ਨਹੀਂ ਕਰਨਾ ਤਾਂ ਨਹੀਂ ਕਰਨਾ। ਯੂਪੀ ਵਿੱਚ ਲੱਗਦਾ ਤੁਹਾਨੂੰ ਕੋਈ ਸੂਰਤ ਨਜ਼ਰ ਆਉਂਦੀ ਹੈ ਕਿ ਚਲੋ ਜੇ ਮਾਰ ਪੈਂਦੀ ਦਿਸਦੀ ਹੈ ਤਾਂ ਚਲੋ ਇਸ ਤਰ੍ਹਾਂ ਕਰ ਲਈਏ? ਵੇਖੋ, ਸਾਡੇ ਪੰਜਾਬੀ 'ਚ ਕਹਿੰਦੇ ਆ ਸਾਰਾ ਜਾਂਦਾ ਵੇਖੀ ਅੱਧਾ ਦੇ ਰੋਡ। ਜੇ ਤਾਂ ਹਾਥੀ ਵਾਲੀ ਬੀਬੀ ਨੂੰ ਇਹ ਸਮਝ ਆ ਜਾਵੇ ਕਿ 4-5 ਮਹੀਨੇ ਪਹਿਲਾਂ ਮੇਰੀ ਇੱਕਦਮ ਚੜ੍ਹਤ ਬਹੁਤ ਹੋਈ ਸੀ ਅਤੇ ਹੁਣ ਇੱਕ ਇੱਕ ਕਰਕੇ ਬੰਦੇ ਛੱਡਣੇ ਸ਼ੁਰੂ ਹੋ ਗਏ, ਪਾਰਟੀ ਕਰਨ ਲੱਗ ਪਈ ਹੈ, ਅਤੇ ਮੈਂ ਜੇ ਕਾਂਗਰਸ ਨੂੰ ਵੀ ਨਾਲ ਲੈ ਲਵਾਂ ਅਤੇ ਕੁਝ ਬਣ ਜਾਊ ਫਿਰ ਤਾਂ ਠੀਕ ਹੈ। ਅਤੇ ਜੇ ਉਹਨੇ ਆਖਿਆ ਕਿ ਮੈਂ ਇਹਨਾਂ ਨੂੰ ਨਾਲ ਲੈਣਾ ਹੀ ਨਹੀਂ ਅਤੇ ਕਾਂਗਰਸੀ ਬਦੋ ਬਦੀ ਵੀ ਕਿੱਦਾਂ ਜਾ ਸਕਦੇ ਆ? ਇੱਕ ਪੰਜਾਬੀ ਦਾ ਮੁਹਾਵਰਾ ਹੋਰ ਵੀ ਆ, ਅੱਖੀਂ ਡਿੱਠਾ ਭਾਵੇ ਨਾ ਅਤੇ ਕੁਛੜ ਬਹਿ ਨਿਲਾਜ। ਜਿਹੜੀ ਇਹਨਾਂ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦੀ ਉਹਦੇ ਬਦੋ ਬਦੀ ਜਾ ਕੇ ਵਿਹੜੇ 'ਚ ਬਹਿ ਜਾਣ, ਇਦੋਂ ਵੱਧ ਬੇਇੱਜ਼ਤੀ ਹੋ ਸਕਦੀ ਹੈ? ਉੱਥੋਂ ਤੱਕ ਕਾਂਗਰਸ ਨੇ ਨਹੀਂ ਆਉਣਾ। ਠੀਕ ਹੈ ਜੀ, ਹੁਣ ਗੱਲ ਕਰਦੇ ਹਾਂ ਜੀ ਕਸ਼ਮੀਰ ਦੀ। ਕਸ਼ਮੀਰ ਦਾ ਮੁੱਦਾ ਜਿਹੜਾ ਹੈ ਇਸ ਵੇਲੇ ਬੜਾ ਸੀਰੀਅਸ ਹੁੰਦਾ ਜਾ ਰਿਹਾ। ਕਸ਼ਮੀਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ, ਨੌਜਵਾਨ ਅੱਤਵਾਦੀ ਨੂੰ ਮਾਰਿਆ ਪੁਲਿਸ ਮੁਕਾਬਲੇ ਦੇ ਵਿੱਚ, ਉਸ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਸਾ ਹੋਈ ਹੈ। ਗੱਲ ਪਾਕਿਸਤਾਨ ਦੀ ਹੈ ਇਸ ਦੇ ਨਾਲ ਜੁੜੀ ਹੋਈ, ਕੁਦਰਤੀ ਤੌਰ 'ਤੇ ਜਦੋਂ ਕਸ਼ਮੀਰ ਦੀ ਗੱਲ ਹੁੰਦੀ ਤਾਂ ਪਾਕਿਸਤਾਨ ਦੀ ਆ ਜਾਂਦੀ ਹੈ। ਪਾਕਿਸਤਾਨ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਇਆ, ਉਹਨਾਂ ਦੇ ਨਿਊਜ਼ ਚੈਨਲਾਂ ਨੇ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਨੇ ਕੀਤੀ ਹੈ, ਵਿਦੇਸ਼ ਮੰਤਰੀਆਂ ਨੇ ਕੀਤੀ ਹੈ, ਲੇਕਿਨ ਉਹਨਾਂ ਦਾ ਦਖਲ ਜਿਹੜਾ ਹੈ ਕਸ਼ਮੀਰ ਦੇ ਵਿੱਚ ਉਹ ਵੀ ਸਾਫ਼ ਹੋ ਗਿਆ ਕਿ ਕਸ਼ਮੀਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਵਾਸਤੇ ਉਹ ਜ਼ਿੰਮੇਵਾਰ ਨੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਸ਼ਿਮਲਾ ਸਮਝੌਤਾ ਹੋਇਆ ਸੀ ਇੰਦਰਾ ਗਾਂਧੀ ਅਤੇ ਜ਼ੁਲਫਕਾਰ ਅਲੀ ਭੁੱਟੋ ਦੇ ਵਿੱਚ ਵਾਲੇ। ਬਿਲਕੁਲ, ਉਹਦੇ 'ਚ ਆਖਿਆ ਗਿਆ ਸੀ ਜਦ ਤੱਕ ਦੋਵਾਂ ਦੇਸ਼ਾਂ ਦੇ ਦੁਵੱਲੇ ਜਿਹੜੇ ਮਸਲੇ ਆ ਉਹ ਨਜਿੱਠੇ ਨਹੀਂ ਜਾਂਦੇ, ਦੋਵਾਂ 'ਚੋਂ ਕੋਈ ਵੀ ਦੇਸ਼ ਮੌਜੂਦਾ ਸਥਿਤੀ ਨੂੰ ਆਲਟਰ ਕਰਨ, ਅਦਲਾ ਬਦਲੀ ਕਰਨ, ਤਬਦੀਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰੂ। ਇਹਨਾਂ ਕਾਰਗਿਲ ਦੇ ਵਿੱਚ ਫੌਜ ਚਾੜੀ ਸਥਿਤੀ ਨੂੰ, ਕੰਟਰੋਲ ਰੇਖਾ ਨੂੰ ਬਦਲਣ ਦਾ ਯਤਨ ਸੀ ਜੀ। ਉਹਦੇ ਵਿੱਚ ਇਹ ਲਿਖਿਆ ਕਿ ਕੋਈ ਜਥੇਬੰਦੀ ਇੱਕ ਦੂਸਰੇ ਦੇ ਇਲਾਕੇ 'ਚ ਖੜੀ ਨਹੀਂ ਕੀਤੀ ਜਾਊਗੀ, ਮਦਦ ਨਹੀਂ ਕੀਤੀ ਜਾਊਗੀ, ਸ਼ਹਿ ਨਹੀਂ ਦਿੱਤੀ ਜਾਊ। ਇਹ ਖੁੱਲ੍ਹੇ ਤੌਰ 'ਤੇ ਜਦੋਂ ਇਹ ਕਹਿੰਦੇ ਆ ਕਿ ਫਲਾਨੀਆਂ ਫਲਾਨੀਆਂ ਜਥੇਬੰਦੀਆਂ ਜਹਾਦ ਕਰਦੀਆਂ ਅਤੇ ਅਸੀਂ ਉਹਨਾਂ ਦੀ ਮਦਦ ਕਰਨੀ ਆ, ਸ਼ਿਮਲਾ ਸਮਝੌਤਾ ਟੁੱਟ ਜਾਂਦਾ, ਦਖਲ ਤਾਂ ਹੈਗਾ ਔਰ ਨਜਾਇਜ਼ ਦਖਲ ਬਣ ਜਾਂਦਾ। ਹੁਣ ਮੁੰਡਾ ਇਹ ਮਾਰਿਆ ਗਿਆ ਬੁਰਹਾਨ ਵਾਨੀ ਜੀ। ਬੁਰਹਾਨ ਵਾਨੀ ਪੜ੍ਹੇ ਲਿਖੇ ਪਰਿਵਾਰ 'ਚੋਂ ਸੀ, ਪਹਿਲਾਂ ਦਾ ਭਰਾ ਮਰ ਗਿਆ, ਉਹ ਮਾਰਿਆ ਸੀ ਆਰਮੀ ਨੇ। ਕੁਛ ਲੋਕ ਕਹਿੰਦੇ ਆ ਕਿ ਉਹ ਮੁੰਡਾ ਬੇਗੁਨਾਹ ਮਰਿਆ ਸੀ, ਕੁਛ ਕਹਿੰਦੇ ਉਹ ਅੱਤਵਾਦੀ ਸੀ ਮੁਕਾਬਲੇ 'ਚ ਮਰਿਆ ਸੀ, ਇਹ ਉਹਦਾ ਬਦਲਾ ਲੈਣ ਲਈ ਅੱਤਵਾਦੀ ਬਣ ਗਿਆ। ਇਹ ਅੱਤਵਾਦੀਆਂ ਦਾ ਪੋਸਟਰ ਬੁਆਏ ਸੀ ਕਿਉਂਕਿ ਸੋਸ਼ਲ ਮੀਡੀਆ 'ਤੇ ਸਾਰੀਆਂ ਵਾਰਦਾਤਾਂ ਦੀ ਜ਼ਿੰਮੇਵਾਰੀ ਇਹ ਲੈਂਦਾ ਸੀ ਅਤੇ ਨਾਲ ਇਹ ਕਹਿੰਦਾ ਹੁੰਦਾ ਸੀ ਵੀ ਸੰਘਰਸ਼ ਜਿਹੜਾ ਜਹਾਦ ਸਾਨੂੰ ਕਰਨਾ ਪੈਣਾ। ਹੁਣ ਜਦੋਂ ਇਹ ਮਰ ਗਿਆ, ਕਸ਼ਮੀਰ ਘਾਟੀ 'ਚ ਇਹਦੇ ਪੱਖ ਵਿੱਚ ਕੋਈ ਉੱਠੇ ਨਾ ਉੱਠੇ, ਫੌਜ ਜਾਣੇ ਲੋਕ ਜਾਣਨ, ਉਹ ਭਾਰਤੀ ਇਲਾਕਾ। ਪਾਕਿਸਤਾਨ ਦੇ ਵਿੱਚੋਂ ਪਹਿਲਾਂ ਇੱਕ ਪਾਰਟੀ ਬੋਲੀ, ਫਿਰ ਦੂਜੀ, ਫਿਰ ਤੀਜੀ, ਫਿਰ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਨੇ, ਜਿਹੜਾ ਬੇਨਜ਼ੀਰ ਦਾ ਮੁੰਡਾ, ਉਹਨੇ ਆਖਿਆ ਕਿ ਨਵਾਜ਼ ਸ਼ਰੀਫ ਬੋਲਦਾ ਨਹੀਂ, ਇਹ ਜਿਹੜੇ ਕਸ਼ਮੀਰੀ ਲੋਕਾਂ ਦੇ ਹਿੱਤਾਂ ਨਾਲ ਗਦਾਰੀ ਕਰ ਰਿਹਾ। ਨਵਾਜ਼ ਸ਼ਰੀਫ ਤਾਂ ਇਸ ਕਰਕੇ ਨਹੀਂ ਸੀ ਬੋਲਦਾ ਕਿ ਉਹਦਾ ਤਾਜ਼ਾ ਆਪਰੇਸ਼ਨ ਹੋਇਆ ਸੀ। ਨਵਾਜ਼ ਸ਼ਰੀਫ ਨੇ ਖੜ੍ਹੇ ਪੈਰ ਹੀ ਬਿਆਨ ਜਾਰੀ ਕਰਤਾ ਕਿ ਬੁਰਹਾਨ ਵਾਨੀ ਨਾਂ ਦਾ ਮੁੰਡਾ ਕਸ਼ਮੀਰ 'ਚ ਮਾਰਿਆ ਗਿਆ, ਮੈਂ ਤਾਂ ਉਹਦਾ ਕਰਕੇ ਬੜੇ ਗਹਿਰੇ ਸਦਮੇ 'ਚ ਜੀ। ਜੇ ਨਵਾਜ਼ ਸ਼ਰੀਫ ਦਾ ਆਪਰੇਸ਼ਨ ਨਾ ਹੋਇਆ ਹੁੰਦਾ ਠੀਕ ਠਾਕ ਹੁੰਦਾ,
ਬਿਆਨ ਉਹਨੇ ਫਿਰ ਵੀ ਉਹੀ ਦੇਣਾ ਸੀ। ਇਹਨਾਂ ਸਾਰਿਆਂ ਨੂੰ ਸਦਮਾ ਲੱਗਾ ਉਸ ਮੁੰਡੇ ਦੇ ਮਰਨ 'ਤੇ, ਅਤੇ ਇਹਨਾਂ ਨੂੰ ਸਦਮਾ ਲੱਗਣਾ ਹੀ ਦੱਸਦਾ ਕਿ ਉਹ ਮੁੰਡਾ ਇਹਨਾਂ ਦਾ ਖਾਸ ਏਜੰਟ ਸੀ, ਨਹੀਂ ਤਾਂ ਇਹਨਾਂ ਸਦਮਾ ਨਹੀਂ ਸੀ ਲੱਗਣਾ। ਇੱਕ ਗੱਲ ਨੋਟ ਕਰਨ ਵਾਲੀ ਹੈ, ਕਾਰਗਿਲ ਦੀ ਜੰਗ ਲੱਗੀ, ਉਹ ਜੰਗ 'ਚ ਇਹਨਾਂ ਦੇ ਫੌਜੀ ਮਰੇ ਸਨ। ਭਾਰਤ ਨੇ ਆਖਿਆ ਤੁਹਾਡੇ ਫੌਜੀ ਮਰੇ, ਇਹਨਾਂ ਦੀਆਂ ਲਾਸ਼ਾਂ ਚੁੱਕ ਕੇ ਲੈ ਜਾਓ। ਨਾ ਦੱਸੇ ਆਈ ਕਾਰਡ ਦਿੱਤੇ, ਆਖਿਆ ਤੁਹਾਡੀਆਂ ਲਾਸ਼ਾਂ ਨੇ, ਇਹਨਾਂ ਆਖਿਆ ਸਾਡੇ ਮੁੰਡੇ ਹੀ ਨਹੀਂ, ਜਿਹੜੇ ਤੁਹਾਡੇ ਮੁੰਡੇ ਸਨ ਇੱਥੇ ਆ ਕੇ ਮਰ ਗਏ, ਉਹਦਾ ਸਦਮਾ ਤੁਹਾਨੂੰ ਲੱਗਾ ਨਹੀਂ। ਅਤੇ ਭਾਰਤੀ ਕਸ਼ਮੀਰ ਦੇ ਇਲਾਕੇ 'ਚ ਇੱਕ ਮੁੰਡਾ ਆਪਣੀ ਫੌਜ ਦੇ ਨਾਲ ਲੜ ਕੇ ਜਾਂ ਕਿਸੇ ਤਰੀਕੇ ਮਰ ਜਾਵੇ, ਉਹਦਾ ਸਦਮਾ ਤੁਹਾਨੂੰ ਇਸਲਾਮਾਬਾਦ 'ਚ ਬੈਠਿਆਂ ਨੂੰ ਲੱਗਦਾ? ਆਪਣਾ ਘਰ ਸੰਭਾਲੋ ਜਾ ਕੇ। ਪਾਕਿਸਤਾਨ ਦੇ ਵਿੱਚ ਡਰੋਨ ਹਮਲਿਆਂ ਨਾਲ ਅਮਰੀਕਾ ਹਰ ਹਫ਼ਤੇ ਕਿਸੇ ਨਾ ਕਿਸੇ ਨੂੰ ਮਾਰਦਾ ਔਰ ਐਲਾਨੀਆਂ ਮਾਰਦਾ, ਔਰ ਕਦੀ ਉਹਦੇ ਵਿਰੋਧ ਤਾਂ ਨਹੀਂ ਇਹਨਾਂ ਨੇ ਕੀਤੀ ਇੰਨੇ ਵੱਡੇ ਪੱਧਰ 'ਤੇ। ਉਦੋਂ ਬਾਅਦ ਦੀ ਗੱਲ ਸੁਣ ਲਓ ਕਿ ਜਦੋਂ ਮੁੱਲਾ ਮਨਸੂਰ ਮਾਰਿਆ ਗਿਆ ਜੀ, ਉਹ ਤਾਂ ਹੈਗਾ ਸੀਗਾ ਅਲਕਾਇਦਾ ਦਾ ਮੁਖੀ, ਮੁੱਲਾ ਉਮਰ ਤੋਂ ਬਾਅਦ ਬਣਿਆ। ਹੁਣ ਇੱਕ ਨਵੀਂ ਗੱਲ ਆਈ, ਇੱਕੋ ਟਾਈਮ ਦੇ ਉੱਤੇ ਦੋ ਘਟਨਾਵਾਂ ਹੋ ਗਈਆਂ। ਇੱਕ ਘਟਨਾ ਤਾਂ ਇਹ ਹੈ ਕਿ ਅਮਰੀਕਾ ਡਰੋਨ ਜਹਾਜ਼ਾਂ ਨਾਲ ਸਾਡੀ ਖੁਦਮੁਖਤਾਰੀ ਦੀ ਉਲੰਘਣਾ ਕਰਦਾ ਇੱਥੇ ਆ ਕੇ ਹਮਲੇ ਕਰਕੇ, ਅਤੇ ਦੂਜਾ ਪਾਕਿਸਤਾਨ ਦੀ ਸਰਕਾਰ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਉਹਨਾਂ ਦੇ ਆਰਮੀ ਸਕੂਲ 'ਤੇ ਜਿਹੜਾ ਹਮਲਾ ਹੋਇਆ ਸੀ, ਜਿਹਦੇ 'ਚ 140 ਤੋਂ ਵੱਧ ਬੱਚੇ ਮਾਰੇ ਗਏ ਅਤੇ ਟੀਚਰਸ ਮਿਲਾ ਕੇ 150 ਬਣਦੇ ਸਨ, ਉਸ ਹਮਲੇ ਦਾ ਮੁੱਖ ਸਾਜਿਸ਼ਕਰਤਾ ਉਮਰ ਮਨਸੂਰ ਹੁੰਦਾ ਸੀ, ਉਹ ਵੀ ਅਮਰੀਕਾ ਦੇ ਡਰੋਨ ਹਮਲੇ 'ਚ ਮਾਰਿਆ ਗਿਆ। ਜੇ ਤਾਂ ਮੁੱਲਾ ਮਨਸੂਰ ਮਾਰਿਆ ਜਾਵੇ ਜਿਹੜਾ ਪਾਕਿਸਤਾਨੀ ਖੁਫੀਆ ਏਜੰਸੀ ISI ਨਾਲ ਰਲਿਆ, ਫਿਰ ਤਾਂ ਅਮਰੀਕਾ ਦੇ ਡਰੋਨ ਹਮਲੇ ਖੁਦਮੁਖਤਾਰੀ ਦੀ ਲੰਘਣਾ। ਪਰ ਜੇ ਤੁਹਾਡੇ ਆਰਮੀ ਸਕੂਲ 'ਤੇ ਹਮਲਾ ਕਰਨ ਵਾਲਾ ਮਾਰਿਆ ਜਾਵੇ, ਫਿਰ ਤੁਸੀਂ ਕਹਿੰਦੇ ਤਸੱਲੀ ਦੀ ਗੱਲ ਹੈ ਕਿ ਅਮਰੀਕਾ ਦੇ ਡਰੋਨ ਹਮਲੇ 'ਚ ਮਾਰਿਆ ਗਿਆ। ਇਹਨਾਂ ਨੂੰ ਆਪ ਨੂੰ ਨਹੀਂ ਪਤਾ ਪਾਕਿਸਤਾਨ ਦੇ ਵਿੱਚ ਇੱਕ ਇਸ ਵੇਲੇ ਇੱਕ ਹੋਰ ਸਥਿਤੀ ਬਣੀ ਪਈ ਹੈ ਕਿ ਇਸਲਾਮਾਬਾਦ, ਰਾਵਲਪਿੰਡੀ, ਕਰਾਚੀ, ਪਸ਼ਾਵਰ, ਕੋਇਟਾ, ਸਖਰ, ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਬੈਨਰ ਅਤੇ ਹੋਲਡਿੰਗ ਲੱਗ ਗਏ ਆ ਕਿ ਪਾਕਿਸਤਾਨ ਦੇ ਵਿੱਚ ਹੁਣ ਹਾਲਾਤ ਇਹੋ ਜਿਹੇ ਆ ਕਿ ਫੌਜ ਦਾ ਮੁਖੀ ਜਨਰਲ ਰਾਹੀਲ ਸ਼ਰੀਫ ਇੱਕ ਵਾਰੀ ਫਿਰ ਫੌਜ ਦੀ ਕਮਾਨ ਸਾਂਭੇ, ਟੈਕਨੋਕ੍ਰੇਟਸ ਦੀ ਸਰਕਾਰ ਹੋਵੇ ਜਿਹਦਾ ਮੁਖੀ ਫੌਜ ਦਾ ਕਮਾਂਡਰ ਹੋਵੇ। ਇਹਦਾ ਮਤਲਬ ਸਮਝਦੇ ਹੋ ਕਿ ਅਗਲੇ ਦਿਨਾਂ ਦੇ ਵਿੱਚ ਪਾਕਿਸਤਾਨ 'ਚ ਰਾਜ ਪਲਟੇ ਦੀ ਗੁੰਜਾਇਸ਼ ਆ, ਕਿਸੇ ਵਕਤ ਵੀ ਕੁਝ ਵੀ ਉਸ ਦੇਸ਼ 'ਚ ਹੋ ਸਕਦਾ, ਅਤੇ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਪੈਰਾਂ ਥੱਲੇ ਅੱਗ ਹੈ, ਆਪਣਾ ਘਰ ਸੰਭਾਲਣ ਦੀ ਥਾਂ ਆਂਢ ਗੁਆਂਢ ਚਵਾਤੀਆਂ ਲਾਉਂਦੇ ਫਿਰਦੇ ਆ, ਇਹ ਤਾਂ ਕੰਮ ਉਹਨਾਂ ਨੂੰ ਕਰਨਾ ਹੀ ਨਹੀਂ ਚਾਹੀਦਾ। ਹਾਂ, ਭਾਰਤ ਸਰਕਾਰ ਨੂੰ ਇਹ ਚਾਹੀਦਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਸੰਭਾਲਣ ਵਾਸਤੇ BJP ਅਤੇ PDP ਦੀ ਸਾਂਝੀ ਸਰਕਾਰ ਨੂੰ ਵੀ ਸਰਗਰਮ ਕਰੇ। ਪ੍ਰਧਾਨ ਮੰਤਰੀ ਆਪ ਵੀ ਕੋਈ ਇਨੀਸ਼ੀਏਟਿਵ ਲਵੇ, ਫੌਜ ਨੂੰ ਵੀ ਕਵੇ ਥੋੜ੍ਹਾ ਜਿਹਾ ਠੰਡ ਰੱਖੋ, ਜਿਹੜੇ ਮਨਾਂ 'ਚ ਰੋਸੇ ਆ ਉਹਨਾਂ ਤੋਂ ਲੜਾਈ ਪੈਦਾ ਹੁੰਦੀ ਆ, ਅਤੇ ਜੇ ਲੜਾਈ ਠੱਲਣੀ ਆ ਤਾਂ ਉਹ ਵੀ ਮਨਾਂ ਦੇ ਰਾਹੀਂ ਠੱਲੀ ਜਾਣੀ ਆ, ਗੰਨਾਂ ਦੇ ਰਾਹੀਂ ਨਹੀਂ ਠੱਲੀ ਜਾਣੀ। ਠੀਕ ਹੈ ਜੀ, ਮਨੂ ਸਾਹਿਬ ਬਹੁਤ ਵਧੀਆ ਵਿਚਾਰ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਹੋਰ ਬਹੁਤ ਸਾਰੇ ਮੁੱਦਿਆਂ 'ਤੇ ਗੱਲਬਾਤ ਅਜੇ ਬਾਕੀ ਹੈ। ਜੱਜ ਦਾ ਵਿਚਾਰ। ਪ੍ਰਾਈਮ ਡਿਸਕਸ਼ਨ ਵਿੱਚ ਫਿਰ ਆਪ ਜੀ ਦਾ ਸਵਾਗਤ ਕਰਦੇ ਹਾਂ। ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਪੰਜਾਬ ਦੇ ਕੁਝ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ। ਪੰਨੂ ਸਾਹਿਬ, ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜੈਣੀ ਲਾਗੇ ਹੈਗੇ ਅਤੇ ਸਿਹਤ ਮੰਤਰੀ, ਉਹਨਾਂ ਦੇ ਵਿਚਾਰਾਂ ਨਾਲ ਕਈ ਵਾਰੀ ਮੈਨੂੰ ਲੱਗਦਾ ਕਿ ਉਹਨਾਂ ਦੇ ਪਾਰਟੀਆਂ ਦੀ ਅਤੇ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਅਕਾਲੀਆਂ ਦੀ ਵੀ ਸਿਹਤ ਖਰਾਬ ਜਿਹੜੀ ਆ ਹੋਣ ਲੱਗ ਪੈਂਦੀ, ਇਸ ਤਰ੍ਹਾਂ ਦੇ ਬਿਆਨ ਹੋ ਜਾਂਦੇ ਨੇ। ਕਦੇ ਤਾਂ ਸ਼ਰਾਬ ਬਾਰੇ ਬੜੇ ਵਿਵਾਦਗ੍ਰਸਤ ਬਿਆਨ ਦਿੰਦੇ ਨੇ, ਅਤੇ ਹੁਣ ਉਹਨਾਂ ਨੇ ਕੋਈ ਹੋਰ ਵਿਵਾਦਗ੍ਰਸਤ ਗੱਲ ਆਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਆਖ ਦਿੱਤਾ ਕਿ ਇੱਥੇ ਦੇ ਪੈਸੇ ਦੇ ਕੇ ਵੀ ਕਤਲ ਹੁੰਦੇ ਨੇ ਪੰਜਾਬ ਦੇ ਵਿੱਚ। ਕੀ ਕਹਿਣਾ ਚਾਹੋਗੇ? ਦੇਖੋ, ਸੁਰਜੀਤ ਕੁਮਾਰ ਜੈਣੀ ਜੈਣੀ ਹੈ, ਸ਼ੁਕਰ ਕਰੋ ਸਿਆਣੀ ਨਹੀਂ। ਠੀਕ ਹੈ ਜੀ, ਅਤੇ ਸਿਆਣੀ ਗੱਲ ਵੀ ਉਹ ਕੋਈ ਨਹੀਂ ਕਰਦਾ। ਠੀਕ ਹੈ ਜੀ, ਸਿਹਤ ਮਹਿਕਮਾ ਨੂੰ ਦਿੱਤਾ ਗਿਆ, ਇਹ ਪਹਿਲਾਂ ਵੀ ਖਰਾਬ ਸੀ, ਉਹਨੇ ਰਿੰਦਾ ਵੀ ਪੱਠਾ ਬਿਠਾ ਤਾ, ਇਹਨੇ ਉਹਦੇ ਵਿੱਚ ਇੱਦਾਂ ਦੀਆਂ ਅਦਲਾਂ ਬਦਲੀਆਂ ਕੀਤੀਆਂ ਜਿਹਦੇ ਵਿੱਚ ਇਹਨੇ ਕਹਿ ਤਾ ਕਿ ਜਿਹੜੇ ਡਾਕਟਰ ਆ ਉਹਨਾਂ ਨੂੰ ਅਸੀਂ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਨਾਲ ਕਮਿਸ਼ਨ ਦੇ ਦਿੰਦੇ ਹਾਂ। ਇਹ ਵੀ ਕਹਿ ਤਾ ਕਿ ਜੇ ਸਜੇਰੀਅਨ ਓਪਰੇਸ਼ਨ ਹੋਵੇ ਤਾਂ ਡਾਕਟਰ ਨੂੰ ਇੰਨੇ ਪੈਸੇ, ਨਰਸ ਨੂੰ ਇੰਨੇ ਪੈਸੇ, ਫਾਰਮਾਸਿਸਟ ਨੂੰ ਇੰਨੇ ਪੈਸੇ ਦਿੱਤੇ ਜਾਣਗੇ। ਨਤੀਜਾ ਕੀ ਨਿਕਲ ਗਿਆ? ਹਸਪਤਾਲਾਂ ਦੇ ਵਿੱਚ ਸਜੇਰੀਅਨ ਓਪਰੇਸ਼ਨਾਂ ਦੀ ਦੌੜ ਲੱਗ ਗਈ ਕਿ ਜਿਹੜੀਆਂ ਨਾਰਮਲ ਡਿਲੀਵਰੀਆਂ ਉਹ ਵੀ ਸਜੇਰੀਅਨ ਕਰੀ, ਚਲੋ ਪੈਸੇ ਮਿਲਣੇ ਆ। ਅਤੇ ਸਭ ਤੋਂ ਵੱਧ ਸਜੇਰੀਅਨ ਓਪਰੇਸ਼ਨ ਫਾਜ਼ਿਲਕਾ ਅਤੇ ਅਬੋਹਰ 'ਚ ਹੋਏ, ਜਿਹੜਾ ਇਹਦਾ ਹੋਮ ਡਿਸਟ੍ਰਿਕਟ ਹੈ ਉੱਥੇ, ਕਿਉਂਕਿ ਉੱਥੇ ਬੰਦੇ ਵੀ ਸਿਫਾਰਸ਼ ਹੀ ਲੱਗੇ ਸੀ ਅਤੇ ਉਸੇ ਕੰਮ ਹੀ ਲੱਗ ਗਏ ਕਿ ਕਰੋ ਸਜੇਰੀਅਨ, ਜਿਹੜਾ ਹੁੰਦਾ ਸਜੇਰੀਅਨ ਕਰੀ ਜਾਓ, ਪੈਸੇ ਕਰੋ।
ਤਿੰਨ ਚਾਰ ਕਰਪਟ ਡਾਕਟਰ ਸੀ, ਉਹਨਾਂ ਦੀ ਬਦਨਾਮੀ ਹੋਈ, ਬਦਲਣੇ ਪਏ, ਮੁੜ ਕੇ ਉੱਥੇ ਲੈ ਆਉਂਦੇ। ਪਿਛਲਿਆਂ ਦਿਨਾਂ 'ਚ ਇੱਕ ਨੇ ਬਿਆਨ ਦੇ ਦਿੱਤਾ ਕਿ ਸ਼ਰਾਬ ਤਾਂ ਕੋਈ ਨਸ਼ਾ ਨਹੀਂ ਹੁੰਦਾ। ਇਹਦੇ ਉੱਤੇ ਰੌਲਾ ਪੈ ਗਿਆ ਕਿ ਪੰਜਾਬ ਦਾ ਸਿਹਤ ਮੰਤਰੀ ਕਹਿੰਦਾ ਸ਼ਰਾਬ ਨਸ਼ਾ ਹੀ ਨਹੀਂ। ਚਾਰਜ ਫਿਰ ਉਹਨੇ ਖੇਧੀ ਹੋਈ, ਇਹਦੀ ਆਪਣੀ ਪਾਰਟੀ 'ਚ ਵੀ ਰੌਲਾ ਪਿਆ। ਫਿਰ ਇਹ ਮੁੱਕਰ ਗਿਆ, ਕਹਿੰਦਾ ਮੈਂ ਤਾਂ ਇਹ ਆਖਿਆ ਹੀ ਨਹੀਂ। ਪੱਤਰਕਾਰ ਨੇ ਆਖਿਆ ਜੀ ਤੁਸੀਂ ਆਖਿਆ, ਅਤੇ ਜਿੱਦਾਂ ਪੰਜਾਬੀ 'ਚ ਕਹਿੰਦਾ ਤੁਹਾਨੂੰ ਕੌਣ ਅੱਗੇ ਗੰਦੀ ਗਾਲ ਕੱਢ ਕੇ ਕਹਿੰਦਾ ਕਿ ਮੈਂ ਆਖਿਆ। ਕਿਹਨੇ ਆਖਿਆ, ਕਿਹੜੇ ਨਾਲ ਅੱਗੇ ਗਾਲ ਕੱਢਦੇ। ਇਹਦੀ ਪਹਿਲੀ ਰਿਕਾਰਡਿੰਗ ਵੀ ਸ਼ਰਾਬ ਵਾਲੀ ਪਈ ਸੀ। ਇਹ ਤੁਹਾਡਾ ਬਾਅਦ 'ਚ ਨੇ ਆਖਿਆ ਕਿ ਕਿਹੜੇ ਫਲਾਣੇ ਨੇ ਆਖਿਆ, ਉਹ ਵੀ ਉਹ 'ਚ ਆ ਗਿਆ। ਹੁਣ ਇਹ ਹੁਸ਼ਿਆਰਪੁਰ ਆਇਆ, ਉੱਥੇ ਆਏ ਨੂੰ ਇੱਕ ਸਿੱਧਾ ਸਵਾਲ ਪੁੱਛਿਆ ਗਿਆ ਕਿ ਸਿਹਤ ਮਹਿਕਮਾ ਤੁਹਾਡੇ ਕੋਲ ਹੈ, ਲੋਕਾਂ ਦੇ ਬਰਥ ਅਤੇ ਡੈਥ ਦੇ ਸਰਟੀਫਿਕੇਟ ਵੀ ਤੁਹਾਡਾ ਮਹਿਕਮਾ ਬਣਾਉਂਦਾ, ਉੱਥੇ ਬੜਾ ਭ੍ਰਿਸ਼ਟਾਚਾਰ ਚੱਲਦਾ, ਪੈਸੇ ਲੈ ਬਗੈਰ ਕੋਈ ਕੰਮ ਹੀ ਨਹੀਂ ਕਰਦੇ। ਜੇ ਥੋੜ੍ਹੀ ਜਿਹੀ ਅਕਲ ਹੁੰਦੀ ਤਾਂ ਕਹਿ ਸਕਦਾ ਸੀ ਕਿ ਮੈਨੂੰ ਤੁਸੀਂ ਕੋਈ ਪੱਕਾ ਕੇਸ ਦਿਓ ਅਤੇ ਮੈਂ ਉਹਦੀ ਪੜਤਾਲ ਕਰਾ ਲੈਂਦਾ, ਜਾਂ ਜਿਸ ਤਰ੍ਹਾਂ ਚੱਲਦਾ ਤੁਸੀਂ ਕੋਈ ਫੜਾ ਦਿਓ, ਅਸੀਂ ਭ੍ਰਿਸ਼ਟਾਚਾਰ ਕਰਦੇ ਨੂੰ ਫੜਾਂਗੇ, ਵਿਜੀਲੈਂਸ ਹੈਗੀ ਹੈ, ਤੁਸੀਂ ਛਾਪਾ ਪਵਾ ਦਿਓ। ਇਹ ਪੈਂਦੇ ਆ ਕਹਿੰਦਾ ਪੈਸੇ ਤਾਂ ਹੁਣ ਸਭ ਥਾਵਾਂ 'ਤੇ ਚੱਲਦੇ ਆ, ਇੱਥੇ ਤਾਂ ਲੋਕ ਪੈਸੇ ਦੇ ਕੇ ਬੰਦਾ ਕਤਲ ਕਰਵਾ ਦਿੰਦੇ ਆ। ਇਹ ਗੱਲ ਸੱਚੀ ਹੈ ਕਿ ਪੰਜਾਬ 'ਚ ਪੈਸੇ ਦੇ ਕੇ ਬੰਦੇ ਕਤਲ ਕਰਵਾਏ ਜਾ ਰਹੇ, ਪਰ ਸਰਕਾਰ ਦਾ ਅੰਗ ਕੈਬਨਿਟ ਮੰਤਰੀ, ਛੋਟਾ ਵੀ ਨਹੀਂ ਕੈਬਨਿਟ ਮੰਤਰੀ, ਇਹ ਆਖੇ ਕਿ ਸਾਡਾ ਰਾਜ ਇਹੋ ਜਿਹਾ ਚੱਲਦਾ ਕਿ ਲੋਕ ਪੈਸੇ ਦੇ ਕੇ ਅਤੇ ਬੰਦਾ ਵੀ ਮਰਵਾ ਦਿੰਦੇ ਆ, ਇਹ ਆਪਣੇ ਆਪ 'ਚ ਬਹੁਤ ਸੀਰੀਅਸ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਸੀ, ਅਤੇ ਉਹਦੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਵੀ ਚਾਹੀਦਾ ਸੀ। ਪਰ ਕੌਣ ਨੋਟਿਸ ਲੈਂਦਾ ਇਹੋ ਜਿਹੀਆਂ ਗੱਲਾਂ ਦਾ? ਇੱਥੇ ਤਾਂ ਪੰਜਾਬ ਦੇ ਵਿੱਚ ਇੱਕ MLA ਨੇ, ਚੀਫ ਪਾਰਲੀਮੈਂਟਰੀ ਸੈਕਟਰੀ, ਉਹਨੇ ਅਸੈਂਬਲੀ 'ਚ ਆਖਿਆ ਸੀ ਮੈਂ ਕੱਲ੍ਹ ਵੀ ਅੱਤਵਾਦੀ ਸਾਂ, ਮੈਂ ਹੁਣ ਵੀ ਅੱਤਵਾਦੀ, ਮੈਂ ਗਾਂਹ ਵੀ ਅੱਤਵਾਦੀ ਰਹੂੰ, ਕਰ ਲਓ ਜੋ ਕਰਨਾ। ਸਾਰੀ ਸਰਕਾਰ 'ਚੋਂ ਕੋਈ ਉਹਦੇ ਖਿਲਾਫ਼ ਨਹੀਂ ਬੋਲਿਆ, ਉਹਦੇ ਖਿਲਾਫ਼ ਵੀ ਕਾਰਵਾਈ ਨਹੀਂ ਸੀ। ਕਈ ਹੋਰ ਵੀ ਇੱਦਾਂ ਦੀਆਂ ਗੱਲਾਂ ਕਹਿ ਜਾਂਦੇ ਨੇ, ਪਰ ਸੁਰਜੀਤ ਕੁਮਾਰ ਜਿਆਣੀ ਨੇ ਜਿਹੜੀ ਗੱਲ ਆਖੀ ਹੈ, ਇੱਦਾਂ ਲੱਗਦਾ ਜਿਵੇਂ ਬੰਦਾ ਝੱਗਾ ਪਾੜ ਕੇ ਬੋਲਿਆ ਹੁੰਦਾ। ਪੰਨੂ ਸਾਹਿਬ, ਤੁਸੀਂ ਗੱਲ ਕੀਤੀ ਉਹਨਾਂ ਦੇ ਪਾਰਟੀ ਮੈਂਬਰਾਂ ਦੀ, ਅਸੀਂ ਇੱਕ ਹੋਰ ਮੁੱਦੇ 'ਤੇ ਇਸੇ ਹਿੱਸੇ ਵਿੱਚ ਵਿਚਾਰ ਚਰਚਾ ਕਰਨੀ ਹੈ। ਬੀਬੀ ਨਵਜੋਤ ਕੌਰ ਸਿੱਧੂ ਦੀ ਗੱਲ ਕਰਦੇ ਹਾਂ, ਸਿਹਤ ਮਹਿਕਮੇ ਦੇ ਨਾਲ ਉਹਨਾਂ ਦਾ ਵੀ ਤਾਲਕ ਹੈ, ਅਤੇ ਸੁਰਜੀਤ ਕੁਮਾਰ ਜੈਣੀ ਦੇ ਬਾਰੇ ਅਕਾਲੀਆਂ ਨੂੰ ਤਾਂ ਪਾਣੀ ਪੀ ਪੀ ਕੇ ਕੋਸਦੇ ਨੇ, ਸੁਰਜੀਤ ਕੁਮਾਰ ਬਿਆਣੀ ਦੇ ਇਹਨਾਂ ਜੈਣੀ ਦੇ ਬਿਆਨਾਂ ਬਾਰੇ ਉਹ ਕੀ ਕਹਿੰਦੇ ਨੇ? ਉਹ ਸੁਰਜੀਤ ਕੁਮਾਰ ਜੈਣੀ ਦੇ ਬਿਆਨਾਂ ਨੂੰ ਟਿੱਚ ਜਾਣਦੀ ਹੈ, ਅਤੇ ਸੁਰਜੀਤ ਕੁਮਾਰ ਜਿਹੜਾ ਉਹ ਕਹਿੰਦਾ ਇਹ ਨਵਜੋਤ ਕੌਰ ਸਿੱਧੂ ਕੋਈ ਸੰਤ ਥੋੜ੍ਹੀ ਹੈ, ਵੀ ਪ੍ਰਵਚਨ ਕਰੂਗੀ ਤਾਂ ਇਹ ਮੰਨ ਲਾਂਗੇ, ਅਸੀਂ ਵੀ ਇਹਦੀ ਪਰਵਾਹ ਨਹੀਂ ਕਰਦੇ। ਉਹਦੀ ਪਰਵਾਹ ਨਹੀਂ ਕਰਦਾ, ਉਹਦੀ ਪਰਵਾਹ ਨਹੀਂ ਕਰਦੀ। ਦੋਵੇਂ ਇੱਕੋ ਪਾਰਟੀ 'ਚ ਨੇ, ਭਾਰਤੀ ਜਨਤਾ ਪਾਰਟੀ 'ਚ ਨੇ, ਅਤੇ ਕਮਾਲ ਦੀ ਗੱਲ ਇਹ ਹੈ ਕਿ ਦੋਵੇਂ ਜਣੇ ਸਿਹਤ ਮਹਿਕਮੇ 'ਚ ਨੇ, ਇੱਕ ਮੰਤਰੀ ਹੈ, ਇੱਕ ਉਹਦੇ ਨਾਲ ਲੱਗੀ ਚੀਫ ਪਾਰਲੀਮੈਂਟਰੀ ਸੈਕਟਰੀ ਹੈ, ਅਤੇ ਮਹਿਕਮਾ ਕਿੱਦਾਂ ਚੱਲੂ? ਅਕਾਲੀਆਂ ਵਾਸਤੇ ਸੌਖਾ ਨਹੀਂ ਕਿ ਇੱਕ ਮਹਿਕਮਾ ਤੁਹਾਨੂੰ ਦਿੱਤਾ, ਤੁਸੀਂ BJP ਵਾਲੇ ਆਪੋ ਜੀ ਲੜਦੇ ਲੁੜਦੇ ਰਹੋ, ਸਾਨੂੰ ਕੁਝ ਕਰਨ ਦੀ ਲੋੜ ਨਹੀਂ। ਇੰਝ ਲੱਗਦਾ ਜਿਵੇਂ BJP ਦੇ ਵਿੱਚ ਵੀ ਇੱਦਾਂ ਦੀਆਂ ਫੌਜਾਂ ਵਾਹਵਾ ਨੇ ਜਿਹੜੀਆਂ ਕਿਸੇ ਡਿਸਿਪਲਿਨ 'ਚ ਨਹੀਂ। ਹੁਣ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਗੁੰਡਾਗਰਦੀ ਦੇ ਵਿਰੋਧੀ ਕਾਨੂੰਨ ਬਣਾਉਣ ਦੀ ਗੱਲ। ਮਹਾਰਾਸ਼ਟਰ ਦੇ ਵਿੱਚ ਮਕੋਕਾ ਕਾਨੂੰਨ ਹੈ, ਪੰਜਾਬ ਦੇ ਵਿੱਚ ਅਜਿਹਾ ਕਾਨੂੰਨ ਲਿਆਉਣ ਦੀ ਗੱਲ ਪਿੱਛੇ ਜਿਹਾ ਚੱਲੀ ਸੀ ਪਿਛਲੇ ਦਿਨਾਂ ਵਿੱਚ, ਅਤੇ ਹੁਣ ਇਹ ਵਿਚਾਰ ਸ਼ਾਇਦ ਛੱਡ ਦਿੱਤਾ ਗਿਆ। ਇਸ ਦੀ ਵਿਰੋਧਤਾ ਹੋਈ ਹੈ, ਇਹ ਵਿਰੋਧਤਾ ਕਿਨ ਕੀਤੀ ਹੈ? ਕੀ ਸਰਕਾਰ ਵਿੱਚੋਂ ਵਿਰੋਧਤਾ ਹੋਈ ਹੈ, ਕੀ ਵਿਰੋਧੀ ਧਿਰ ਨੇ ਕੀਤੀ ਹੈ, ਕੌਣ ਕਰ ਰਿਹਾ ਜੀ? ਦੇਖੋ, ਮਹਾਰਾਸ਼ਟਰ ਜਿਹੜਾ ਕਾਨੂੰਨ ਬਣਿਆ ਉਹਨੂੰ ਮਕੋਕਾ ਕਹਿੰਦੇ ਆ, ਉਹਦਾ ਪੂਰਾ ਨਾਮ ਮਹਾਰਾਸ਼ਟਰ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਐਕਟ। ਇਹਨਾਂ ਨੇ ਉਸੇ ਦੀ ਤਰਜ਼ 'ਤੇ ਪਕੋਕਾ ਬਣਾਇਆ, ਪੰਜਾਬ ਆਰਗੇਨਾਈਜ਼ ਕ੍ਰਾਈਮ ਕੰਟਰੋਲ ਐਕਟ, ਉਹਦਾ ਖਰੜਾ ਤਿਆਰ ਹੋ ਗਿਆ। ਸਰਕਾਰ ਪਹਿਲਾਂ ਐਲਾਨ ਕਰ ਚੁੱਕੀ ਸੀ ਕਿ ਅਸੀਂ ਇਹ ਕਰਾਂਗੇ। ਇਹ ਮੰਨਿਆ ਕਿ ਪੰਜਾਬ 'ਚ 57 ਵੱਡੇ ਗੈਂਗ ਆ, ਅਤੇ ਇਹਨਾਂ ਦੇ ਨਾਲ ਰਲਾ ਕੇ 100 ਬੰਦੇ ਨੇ ਜਿਹੜੇ ਤੁਰੇ ਫਿਰਦੇ ਨੇ, ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਪਤਾ। ਗੈਂਗ ਆਪੋ ਵਿੱਚ ਵੀ ਲੜਦੇ ਨੇ, ਲੋਕਾਂ ਨੂੰ ਵੀ ਮਾਰਦੇ ਨੇ। ਨਾਭੇ ਤੋਂ ਲਿਆਂਦਾ ਬੰਦਾ ਜਲੰਧਰ 'ਚੋਂ ਪੇਸ਼ੀ ਭੁਗਤਾ ਕੇ ਮੁੜਦਿਆਂ ਹਵੇਲੀ ਲੰਘ ਕੇ ਅਤੇ ਅਗਲੇ ਪਾਸੇ ਫਗਵਾੜੇ ਤੋਂ ਪਹਿਲਾਂ ਲਾਹ ਲਿਆ ਜਾਵੇ, ਅਤੇ ਉਹਨੂੰ ਕਤਲ ਕਰਕੇ ਨੈਸ਼ਨਲ ਹਾਈਵੇ ਦੇ ਉੱਤੇ ਕਾਤਲ ਜਿਹੜੇ ਆ ਉਹ ਭੰਗੜਾ ਪਾਉਣ 'ਤੇ ਪੁਲਿਸ ਲਾਗੇ ਖੜ੍ਹੀ ਹੋਵੇ। ਵੱਡੇ ਅਫਸਰ ਨੂੰ ਪੁੱਛਿਆ ਗਿਆ ਜੀ ਤੁਹਾਡੀ ਪੁਲਿਸ ਦੀ ਗਾਰਦ ਉੱਥੇ ਕੀ ਕਰਦੀ ਸੀ ਜਦੋਂ ਉਹਨਾਂ ਬੰਦਾ ਗੱਡੀ 'ਚੋਂ ਲਾਹ ਕੇ ਮਾਰਤਾ? ਅਤੇ ਜਵਾਬ ਇਹ ਮਿਲਦਾ ਕੀ ਕਰਦੀ ਗਾਰਦ, ਜੇ ਬੋਲਦੇ ਤਾਂ ਇਹ ਵੀ ਸਾਰੇ ਮਾਰੇ ਜਾਂਦੇ, ਅਤੇ ਜੇ ਮਾਰੇ ਜਾਣ ਦਾ ਡਰ ਫਿਰ ਗਾਰਦ ਨਾਲ ਭੇਜਦੀ ਕਿਉਂ? ਪੰਜਾਬ ਦਾ ਗੈਂਗਸਟਰ ਕੋਈ ਚੰਡੀਗੜ੍ਹ 'ਚ ਜਾ ਕੇ ਮਰ ਜਾਂਦਾ, ਕੋਈ ਸੋਲਨ 'ਚ ਜਾ ਕੇ ਮਰ ਜਾਂਦਾ। ਬਦਨਾਮੀ ਹੋਈ, ਸਰਕਾਰ ਨੇ ਆਖਿਆ ਹੁਣ ਅਸੀਂ ਪਕੋਕਾ ਬਣਾਵਾਂਗੇ। ਪਕੋਕਾ ਪੱਕਣ ਦੀ ਨੌਬਤ ਹੀ ਨਹੀਂ ਆਈ। ਇਹ ਜਦੋਂ ਆ 12 ਤਰੀਕ ਨੂੰ ਪੇਸ਼ ਕੀਤਾ ਗਿਆ, 12 ਜੁਲਾਈ ਨੂੰ,
ਅਤੇ ਪੰਜਾਬ ਦੇ ਮੰਤਰੀ ਮੰਡਲ 'ਚ ਸਾਰੀਆਂ ਗਿਣਤੀਆਂ ਮਿਣਤੀਆਂ ਕਰਕੇ ਪੇਸ਼ ਹੋਇਆ ਅਤੇ ਪਾਸ ਨਹੀਂ ਹੋ ਸਕਿਆ ਕਿਉਂਕਿ ਮੰਤਰੀਆਂ ਨੇ ਵਿਰੋਧ ਕੀਤਾ ਅਤੇ ਵਿਰੋਧ ਕਿਹੜੀ ਗੱਲ 'ਤੇ ਕੀਤਾ ਉਹ ਅੱਗੋਂ ਜੀ ਚੋਣਾਂ ਆ ਰਹੀਆਂ ਆਪਣੇ ਉੱਤੇ ਮੁਸ਼ਕਲ ਬਹੁਤ ਆਊ ਫੜਨੇ ਤਾਂ ਗੁੰਡੇ ਆ ਅਤੇ ਮੰਤਰੀਆਂ ਨੂੰ ਮੁਸ਼ਕਲ ਕਿਉਂ ਆਊ ਇਹਦਾ ਮਤਲਬ ਕਿ ਮੰਤਰੀ ਇਹ ਸਮਝਦੇ ਆ ਕਿ ਜਿਹੜੇ ਬੰਦਿਆਂ ਨੂੰ ਵੇਲੇ ਕੁ ਵੇਲੇ ਅੱਗੋਂ ਚੋਣਾਂ 'ਚ ਵਰਤਣਾ ਕਿਤੇ ਉਹ ਫੜੇ ਨਾ ਜਾਂਦੇ ਹੋਣ ਸਾਡੇ ਦੁਆਬੇ 'ਚ ਇੱਕ ਮੰਤਰੀ ਆ ਜਿਹਨੂੰ ਲੋਕ ਡੋਡਿਆਂ ਵਾਲਾ ਬਾਬਾ ਕਹਿੰਦੇ ਆ ਸਾਡੇ ਮਾਝੇ 'ਚ ਇੱਕ ਇੱਦਾਂ ਦਾ ਪਾਰਲੀਮੈਂਟ ਮੈਂਬਰ ਆ ਉਹਦੇ ਬਾਰੇ ਬਹੁਤ ਗੱਲਾਂ ਨੇ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਆ ਜਿਹੜਾ ਹਰ ਵਕਤ ਚੀਫ ਨਹੀਂ ਚੀਪ ਬਿਆਨ ਦਿੰਦਾ ਇੱਕ ਮਾਲਵੇ 'ਚ ਮੰਤਰੀ ਇਹੋ ਜਿਹਾ ਜਿਹੜਾ ਜਿੱਥੇ ਜਾਵੇ ਪੰਜਾਬ ਮੋਟਰਸਾਈਕਲਾਂ ਦਾ ਜਥਾ ਪਹਿਲਾਂ ਜਾਂਦਾ ਅਤੇ ਫਿਰ ਆਪਣੇ ਨਾਲ 150 ਮੋਟਰਸਾਈਕਲ ਲਿਖ ਕੇ ਚੱਲਦਾ ਅਤੇ ਜਿਹੜਾ ਕੋਈ ਅਗਲੇ ਪਾਸੇ ਬੋਲੀ ਉਹਨੂੰ ਫੜ ਕੇ ਕੁੱਟ ਵੀ ਦਿੰਦੇ ਆ ਅਤੇ ਮੁੜ ਕੇ ਸਾਰੇ ਟੱਬਰ ਦੇ ਕੇਸ ਵੀ ਬਣਾ ਦਿੰਦੇ ਆ ਇੱਦਾਂ ਦੇ ਨੇ ਉਹਨਾਂ ਨੇ ਉਹ ਬੰਦੇ 150-150 ਪੰਜਾਹ ਕਿੱਥੋਂ ਲਿਆ ਕੇ ਰੱਖੇ ਨੇ ਇੱਦਾਂ ਦੇ ਹੀ ਆ ਇਹ ਸਾਰੇ ਕੁਛ ਨੂੰ ਜਦੋਂ ਠੱਲਣ ਵਾਸਤੇ ਪਕੋਕਾ ਬਣਨ ਲੱਗਾ ਅਤੇ ਇਹਨਾਂ ਨੇ ਵਿਰੋਧ ਕੀਤਾ ਮੈਨੂੰ ਹੈਰਾਨੀ ਹੈ ਕਿ ਇਹਨਾਂ ਵਿਰੋਧ ਕਿਉਂ ਕੀਤਾ ਪੁਲਿਸ ਤਾਂ ਤੁਹਾਡੀ ਆ ਜੀ ਜੇ ਪਕੋਕਾ ਵੀ ਬਣ ਜਾਵੇ ਤਾਂ ਪਕੋਕਾ ਕੋਈ ਕੀੜੇਮਾਰ ਦਵਾਈ ਥੋੜ੍ਹੀ ਆ ਜਿਹੜੀ ਤੁਸੀਂ ਖੇਤਾਂ 'ਚ ਸਪਰੇਅ ਕਰ ਦੇਣੀ ਹੈ ਅਤੇ ਬਦਮਾਸ਼ ਮਰ ਜਾਣਗੇ ਅਤੇ ਸ਼ਰੀਫ ਰਹਿ ਜਾਣਗੇ ਹੈਗਾ ਤਾਂ ਕਾਨੂੰਨ ਹੀ ਆ ਬਿਲਕੁਲ ਇਹ ਕਾਨੂੰਨ ਲਾਗੂ ਕਰਕੇ ਗ੍ਰਿਫਤਾਰੀਆਂ ਹੀ ਹੋਣੀਆਂ ਜਿਹੜੀਆਂ ਗ੍ਰਿਫਤਾਰੀਆਂ ਕਰਨੀਆਂ ਨੇ ਉਹ ਕਿਸੇ ਕਾਰ ਸੇਵਾ ਵਾਲੇ ਸੰਤ ਨੇ ਨਹੀਂ ਕਰਨੀਆਂ ਉਹ ਕਿਸੇ ਯੋਗੀ ਨੇ ਆ ਕੇ ਨਹੀਂ ਕਰਨੀਆਂ ਤੁਹਾਡੀ ਪੁਲਿਸ ਨੇ ਕਰਨੀਆਂ ਅਤੇ ਪੁਲਿਸ ਤਾਂ ਫਿਰ ਤੁਹਾਡੀ ਹੈ ਉਹ ਪੁਲਿਸ ਹੈ ਜਿਹੜੀ ਰਾਤ ਨੂੰ ਕਿਸੇ ਸਿਆਸੀ ਵਿਰੋਧੀ ਦੇ ਉੱਤੇ 307 ਦਾ ਕੇਸ ਬਣਾਉਂਦੀ ਹੈ ਇਰਾਦਾ ਕਤਲ ਦਾ ਦੋ ਬੰਦੇ ਲੜ ਪਏ ਇੱਕ ਨੇ ਦੂਜੇ ਨੂੰ ਘਸੁੰਨ ਮਾਰਤਾ ਜਿਹਦੇ ਘਸੁੰਨ ਵੱਜਾ ਸੀ ਉਹ ਮੰਤਰੀ ਦਾ ਬੰਦਾ ਉਹਨਾਂ ਜਾ ਕੇ ਆਖਿਆ ਜੀ ਘਸੁੰਨ ਉੱਥੇ ਵੱਜਾ ਜਿੱਥੇ ਮੇਰਾ ਦਿਲ ਸੀ ਛਾਤੀ 'ਚ ਵੱਜਾ ਮੇਰੀ ਜਾਨ ਜਾ ਸਕਦੀ ਸੀ ਇੰਨੀ ਗੱਲ 'ਤੇ 307 ਦਾ ਕੇਸ ਬਣਾ ਦਿੱਤਾ ਉਹ ਬੰਦਾ ਰਾਤ ਨੂੰ ਆ ਕੇ ਮੰਤਰੀ ਦੇ ਪੈਰ ਫੜ ਕੇ ਖਲੋ ਗਿਆ ਮੈਨੂੰ ਬਖਸ਼ ਦਿਓ ਮੋਤੀਆਂ ਵਾਲਿਆ ਸਵੇਰੇ ਉੱਪਰ ਫੋਨ ਕਰ ਦਿੱਤਾ ਅਫਸਰਾਂ ਨੂੰ ਇਹਦੀ 307 ਤੋੜ ਦਿਓ ਪਿਛਲੇ 3 ਸਾਲਾਂ 'ਚ ਇਹ ਵੇਖ ਲਿਆ ਜਾਵੇ ਕਿ ਪੰਜਾਬ 'ਚ ਕਿੰਨੇ ਲੋਕਾਂ 'ਤੇ 307 ਦਾ ਕੇਸ ਬਣਿਆ ਅਤੇ ਫਿਰ 307 ਤੋੜੀ ਗਈ ਆ ਜਿੱਥੇ ਜਿੱਥੇ ਇਹ ਕੰਮ ਹੋਇਆ ਉੱਥੇ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਮੰਤਰੀ ਨੇ ਇਹ ਕੰਮ ਕਰਾਇਆ ਹੁਣ ਇਹ ਜਿਹੜੇ ਮੰਤਰੀ ਨੇ ਵਿਧਾਇਕ ਨੇ ਜਾਂ ਇਹਨਾਂ ਦੇ ਖੱਬੇ ਸੱਜੇ ਫਿਰਨ ਵਾਲੇ ਕੁਝ ਨਲਾਇਕ ਨੇ ਉਹ ਸਾਰੇ ਬਿਲਕੁਲ ਨਹੀਂ ਚਾਹੁੰਦੇ ਕਿ ਇਹੋ ਜਿਹਾ ਕੋਈ ਕਾਨੂੰਨ ਇੱਥੇ ਬਣ ਜਾਵੇ ਜਿਹੜਾ ਪੰਜਾਬ 'ਚੋਂ ਗੁੰਡਾਗਰਦੀ ਨੂੰ ਰੋਕ ਸਕੇ ਔਰ ਉਹਦਾ ਨਤੀਜਾ ਇਹ ਨਿਕਲਦਾ ਪਿਆ ਕਿ ਇਸ ਵੇਲੇ ਜ਼ਿੰਦਗੀ ਮਹਿੰਗੀ ਆ ਅਤੇ ਮੌਤ ਸਸਤੀ ਆ ਜਿੱਥੇ ਮਰਜ਼ੀ ਬੰਦਾ ਗਾਜਰ ਮੂਲੀ ਸਮਝਿਆ ਪਿਆ ਨਿੱਕੀ ਨਿੱਕੀ ਗੱਲ 'ਤੇ ਟੁੱਕਿਆ ਜਾ ਰਿਹਾ ਵਾਰਦਾਤਾਂ ਹੁੰਦੀਆਂ ਨੇ ਪੁਲਿਸ ਵਾਲਿਆਂ ਨੂੰ ਆਖਿਆ ਜਾਵੇ ਪੁਲਿਸ ਵਾਲੇ ਰਿਪੋਰਟਾਂ ਨਹੀਂ ਅੱਧੀਆਂ ਕਿ ਤਾਂ ਦਰਜ ਕਰਦੇ ਔਰ ਵੱਡੇ ਸ਼ਹਿਰਾਂ ਵਿੱਚ ਵੀ ਹੋ ਰਿਹਾ ਛੋਟਿਆਂ 'ਚ ਵੀ ਹੋ ਰਿਹਾ ਰਾਜਧਾਨੀ ਦੇ ਖੱਬੇ ਸੱਜੇ ਵੀ ਹੋ ਰਿਹਾ ਮੰਤਰੀਆਂ ਦੇ ਘਰਾਂ ਦੇ ਲਾਗੇ ਵੀ ਹੋ ਰਿਹਾ ਔਰ ਕਈਆਂ ਥਾਵਾਂ ਦੇ ਉੱਤੇ ਇਹ ਦੋਸ਼ ਲੱਗਦਾ ਕਿ ਕਰਨ ਵਾਲੇ ਬੰਦੇ ਇੱਕ ਜਾਂ ਦੂਸਰੇ ਮੰਤਰੀ ਦੇ ਇੱਕ ਜਾਂ ਦੂਸਰੇ ਵਿਧਾਇਕ ਦੇ ਨੇ ਤੁਹਾਡੇ ਇੱਥੇ ਆਪਣੇ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੇ ਮੰਤਰੀਆਂ ਦੇ ਨਾਂ ਲੱਗ ਚੁੱਕੇ ਨੇ ਕਿ ਉਹਨਾਂ ਨੇ ਆਹ ਕਰਾਇਆ ਆਹ ਕਰਾਇਆ ਡਰੱਗ ਕੇਸ ਦੇ ਵਿੱਚ ਜਦੋਂ ਰਿਪੋਰਟ ਪੇਸ਼ ਹੁੰਦੀ ਹਾਈ ਕੋਰਟ 'ਚ ਤਾਂ ਆਖਿਆ ਜਾਂਦਾ ਕਿ ਇੱਕ ਜੈਂਟਲਮੈਨ ਸਾਰੀਆਂ ਮੀਟਿੰਗਾਂ 'ਚ ਬੈਠਾ ਪਰ ਉਹਦਾ ਰੋਲ ਕੋਈ ਨਹੀਂ ਬਗੈਰ ਰੋਲ ਤੋਂ ਉੱਥੇ ਕੀ ਗੱਲ ਉਹ ਫਿਲਮ ਵੇਖਣ ਜਾਂਦਾ ਸੀ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਬੀਬੀ ਹੈ ਉਹਦੇ ਭਤੀਜੇ ਨੇ ਕੁੜੀਆਂ ਨੂੰ ਛੇੜਨ ਵਾਸਤੇ ਗੱਡੀ ਭਜਾਈ ਅਤੇ ਕੁੜੀਆਂ ਦੇ ਉੱਤੇ ਚਾੜ ਦਿੱਤੀ ਅਤੇ ਮਾਰ ਦਿੱਤੀਆਂ ਇਲਾਕਾ ਬੰਦ ਰਿਹਾ ਉਸ ਬੀਬੀ ਨੇ ਜਾ ਕੇ ਸਾਰੇ ਇਲਾਕੇ 'ਤੇ ਦਬਾਅ ਪਾ ਕੇ ਕੇਸ ਠੱਲ ਲਿਆ ਇੱਦਾਂ ਦੀਆਂ ਘਟਨਾਵਾਂ ਮੁੜ ਮੁੜ ਵਾਪਰ ਰਹੀਆਂ ਨੇ ਅਤੇ ਜੇ ਵਾਪਰਨ ਤਾਂ ਉਹ ਤੋਂ ਬਾਅਦ ਇੱਥੇ ਪਕੋਕਾ ਬਣਿਆ ਹੋਵੇ ਭਾਵੇਂ ਲਾਗੂ ਆਪਣੀ ਪੁਲਿਸ ਨੇ ਇਹਨਾਂ ਦੀ ਨਹੀਂ ਕਰਨਾ ਅਫਸਰ ਬਹੁਤਿਆਂ ਥਾਵਾਂ 'ਤੇ ਉਹ ਲਾਏ ਆ ਜਿਹੜੇ ਰਾਜੇ ਬੇਟੇ ਨੇ ਜਿਹੜੇ ਇਮਾਨਦਾਰ ਅਫਸਰ ਨੁਕਰੇ ਲਾਏ ਪਏ ਨੇ ਇਹਦੇ ਬਾਵਜੂਦ ਇਹਨਾਂ ਨੂੰ ਡਰ ਆ ਕਿ ਪਕੋਕਾ ਕਿਸੇ ਨਾ ਕਿਸੇ ਰੂਪ ਵਿੱਚ ਕਿਤੇ ਸਾਡੇ ਗਲ 'ਚ ਡਾਇਆ ਨਾ ਬਣ ਜਾਂਦਾ ਹੋਵੇ ਇਸ ਕਰਕੇ ਪਾਸ ਨਹੀਂ ਹੋਣ ਦਿੱਤਾ ਠੀਕ ਹੈ ਜੀ ਪੰਨੂ ਸਾਹਿਬ ਅਸੀਂ ਗੱਲਬਾਤ ਹੁਣ ਕਰਾਂਗੇ ਪ੍ਰਾਈਮ ਪੁਆਇੰਟ ਦੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਗੱਲਬਾਤ ਹੋਵੇਗੀ ਅਰੁਣਾਚਲ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਤੋਂ ਕੇਂਦਰ ਵਿੱਚ ਬਣੀ ਹੈ ਉਹਨਾਂ ਨੇ ਬਹੁਤ ਸਾਰੇ ਰਾਜਾਂ ਦੇ ਵਿੱਚ ਆਪਣੇ ਬੰਦੇ ਫਿੱਟ ਕਰਨ ਦੀ ਟਰਾਈ ਕੀਤੀ ਹੈ ਇਹਨਾਂ ਵਿੱਚ ਗਵਰਨਰ ਵੀ ਲਾਏ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਕੁਝ ਇਹੋ ਜਿਹਾ ਹੋਇਆ ਲੇਕਿਨ ਸਰਕਾਰ ਉੱਥੇ ਕੁਝ ਜੋ ਕਰਨਾ ਚਾਹੁੰਦੀ ਸੀ ਉਹ ਨਹੀਂ ਹੋ ਸਕਿਆ ਇਸ ਬਾਰੇ ਗੱਲਬਾਤ ਪ੍ਰਾਈਮ ਪੁਆਇੰਟ ਵਿੱਚ ਹੋਵੇਗੀ ਇੱਕ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਮੈਂ ਹਾਂ ਨੀਰੂ ਬਾਜਵਾ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ
ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਪ੍ਰਾਈਮ ਪੁਆਇੰਟ ਵਿੱਚ ਆਪ ਜੀ ਦਾ ਸਵਾਗਤ ਹੈ। ਪ੍ਰੋਗਰਾਮ ਦਾ ਆਖਰੀ ਹਿੱਸਾ, ਅੱਜ ਦਾ ਮੁੱਦਾ ਸਾਡਾ ਅਰੁਣਾਚਲ ਪ੍ਰਦੇਸ਼ ਨਾਲ ਸੰਬੰਧਿਤ ਹੈ, ਜਿਸ ਨੂੰ ਅਸੀਂ ਅੱਜ ਦਾ ਸਭ ਤੋਂ ਮੁੱਖ ਮੁੱਦਾ ਸਮਝਦੇ ਹਾਂ। ਪੰਨੂ ਸਾਹਿਬ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਰਾਜ ਲਾ ਕੇ ਆਪਣੀ ਚਲਾਉਣ ਦੀ ਗੱਲ ਕੀਤੀ ਸੀ, ਲੇਕਿਨ ਥੋੜ੍ਹਾ ਜਿਹਾ ਅਦਾਲਤ ਨੇ ਜਿਹੜਾ ਹੈ ਝਟਕਾ ਦਿੱਤਾ ਕੇਂਦਰ ਦੀ BJP ਸਰਕਾਰ ਨੂੰ। ਇਸ ਬਾਰੇ ਵਿਸਥਾਰ ਨਾਲ ਦੱਸੋ। ਭਾਰਤੀ ਜਨਤਾ ਪਾਰਟੀ ਆਪਣਾ ਇਤਿਹਾਸ ਭੁੱਲ ਗਈ। ਇਹ ਚੇਤੇ ਰੱਖਣਾ ਚਾਹੀਦਾ, ਸਾਸ ਵੀ ਕਭੀ ਬਹੂ ਥੀ ਜੀ। ਉਹ ਇਸ ਕਰਕੇ ਕਿ ਉੱਤਰ ਪ੍ਰਦੇਸ਼ ਦੇ ਵਿੱਚ BJP ਦਾ ਇੱਕ ਮੁੱਖ ਮੰਤਰੀ ਹੁੰਦਾ ਸੀ ਕਲਿਆਣ ਸਿੰਘ ਜੀ। ਕਲਿਆਣ ਸਿੰਘ ਦੀ ਸਰਕਾਰ ਦਾ ਕਲਿਆਣ ਕਰ ਦਿੱਤਾ ਸੀ ਕਾਂਗਰਸੀਆਂ ਨੇ। ਉਹਦੀ ਥਾਂ 'ਤੇ ਕਾਂਗਰਸ ਦੇ ਜਗਦੰਬਿਕਾ ਪ੍ਰਸਾਦ ਪਾਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਇਲਾਹਾਬਾਦ ਹਾਈਕੋਰਟ 'ਚ ਕੇਸ ਚਲਾ ਗਿਆ। ਸਿਰਫ 2 ਦਿਨ ਸੁਣਵਾਈ ਹੋਈ ਅਤੇ ਤੀਸਰੇ ਦਿਨ ਇਲਾਹਾਬਾਦ ਹਾਈਕੋਰਟ ਨੇ ਹੁਕਮ ਦਿੱਤਾ ਕਿ ਜਗਦੰਬਿਕਾ ਪਾਲ ਨੂੰ ਕੁਰਸੀ ਤੋਂ ਉਠਾ ਕੇ ਕਲਿਆਣ ਸਿੰਘ ਨੂੰ ਦੁਬਾਰਾ ਬਿਠਾਇਆ ਜਾਵੇ। ਨਾਲ ਦੂਜਾ ਹੁਕਮ ਕੀਤਾ ਕਿ ਸਾਬਕਾ ਮੁੱਖ ਮੰਤਰੀਆਂ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਜਗਦੰਬਿਕਾ ਪਾਲ ਦਾ ਨਾਂ ਕਿਤੇ ਨਹੀਂ ਆਉਣਾ ਚਾਹੀਦਾ। ਅੱਛਾ ਜੀ, ਜਿਹੜਾ ਜਗਦੰਬਿਕਾ ਪਾਲ ਉਸ ਵਕਤ ਕਾਂਗਰਸ ਦਾ ਟੂਲ ਬਣਿਆ ਸੀ ਅਤੇ BJP ਦੀ ਸਰਕਾਰ ਪਲਟਾਉਂਦਾ ਸੀ, ਉਹ ਹੁਣ BJP 'ਚ ਅੱਜ ਕੱਲ੍ਹ, ਅਤੇ ਇਹਨਾਂ ਨੇ ਪਾਰਲੀਮੈਂਟ ਮੈਂਬਰ ਬਣਾਇਆ, ਬੰਦੇ ਬੜੀ ਬਸ਼ਰਮ ਹੋ ਜਾਂਦੇ ਨੇ। ਠੀਕ ਹੈ ਜੀ, ਹੁਣ ਆਈਏ ਇੱਥੇ ਕੀ ਹੋਇਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਦਸੰਬਰ 'ਚ ਇਹਨਾਂ ਨੇ ਕਾਂਗਰਸ ਦੇ ਬੰਦੇ ਤੋੜ ਲਏ। 60 ਦੀ ਅਸੈਂਬਲੀ ਹੈ, ਛੋਟੀ ਸਟੇਟ ਹੈ। ਉਸ ਅਰੁਣਾਚਲ ਪ੍ਰਦੇਸ਼ ਦੇ 60 ਚੋਂ 42 ਬੰਦੇ ਕਾਂਗਰਸ ਦੇ ਕੋਲ ਸੀ। 42 ਦਾ ਮਤਲਬ 70% ਹੋ ਗਏ। 5-1 ਛੋਟੀ ਪਾਰਟੀ ਦੇ ਸੀ, 47 ਹੋ ਗਏ। ਇਹਨਾਂ ਨੇ ਉਹਦੇ 'ਚੋਂ 21 ਬੰਦੇ ਤੋੜ ਲਏ। ਉਹ 21 ਬੰਦੇ ਤੋੜੇ, ਕਾਂਗਰਸ ਦੇ ਕੋਲ 26 ਰਹਿ ਗਏ। ਇਹਨਾਂ ਨੇ ਆਖਿਆ ਕਿ ਫਟਾਫਟ ਉੱਥੇ ਭਰੋਸੇ ਦਾ ਵੋਟ ਲਓ। ਮੁੱਖ ਮੰਤਰੀ ਨੇ ਆਖਿਆ ਜੀ ਸਾਰਿਆਂ ਨੂੰ ਵਕਤ ਮਿਲਦਾ, ਕੁਛ ਦਿਨਾਂ ਦਾ ਮੈਨੂੰ ਟਾਈਮ ਦਿਓ। ਗੁਰਧਨ ਨੇ ਆਪੇ ਹੀ ਮੀਟਿੰਗ ਸੱਦ ਲਈ, ਅਸੈਂਬਲੀ ਦਾ ਇਜਲਾਸ ਸੱਦ ਲਿਆ। ਹੁਣ ਸੁਪਰੀਮ ਕੋਰਟ ਨੇ ਆਖਿਆ ਜੀ ਗਵਰਨਰ ਨੂੰ ਅਸੈਂਬਲੀ ਦਾ ਇਜਲਾਸ ਸੱਦਣ ਦਾ ਹੱਕ ਹੀ ਨਹੀਂ, ਇਹ ਸਪੀਕਰ ਦਾ ਕੰਮ ਹੈ। ਨੰਬਰ 1। ਨੰਬਰ 2, ਜਿਹੜੀ ਮਿੱਥੀ ਤਰੀਕ ਸੀ ਉਸ ਤੋਂ ਬਾਅਦ ਗਵਰਨਰ ਨੇ ਆਪਣੇ ਆਪ ਹੀ ਸਿਫਾਰਿਸ਼ ਕਰ ਦਿੱਤੀ ਕੇਂਦਰ ਨੂੰ ਕਿ ਸਰਕਾਰ ਤੋੜ ਦਿਓ। ਉਹ ਜਿਹੜਾ ਕੁਛ ਹੁੰਦਾ ਪਿਆ ਸੀ, ਹਾਈਕੋਰਟ 'ਚ ਕੇਸ ਚਲਾ ਗਿਆ। ਹਾਈਕੋਰਟ ਨੇ ਕਾਂਗਰਸੀ ਸਰਕਾਰ ਦੇ ਖਿਲਾਫ ਫੈਸਲਾ ਦੇ ਦਿੱਤਾ। ਇਹਨਾਂ ਨੇ ਉਹ ਜਿੰਨੇ ਚਿਰ ਉਹ ਸੁਪਰੀਮ ਕੋਰਟ 'ਚ ਗਏ ਉਨੇ ਚਿਰ ਨੂੰ ਇਹਨਾਂ ਨੇ ਫਟਾਫਟ ਉੱਥੇ ਗਵਰਨਰੀ ਰਾਜ ਲਾਗੂ ਕਰਤਾ। ਸੁਪਰੀਮ ਕੋਰਟ ਵਿਚਾਰ ਕਰਦੀ ਪਈ ਸੀ ਕਿ ਗਵਰਨਰੀ ਰਾਜ ਉੱਥੇ ਲਾਗੂ ਕਰਨਾ, ਜਿਹਨੂੰ ਰਾਸ਼ਟਰਪਤੀ ਰਾਜ ਕਹਿੰਦੇ ਆ, ਉਹ ਠੀਕ ਹੈ ਕਿ ਗਲਤ ਹੈ। ਉਹਦੇ ਦਰਮਿਆਨ ਇਹਨਾਂ ਨੇ 26 ਜਨਵਰੀ ਨੂੰ ਗਵਰਨਰੀ ਰਾਜ ਲਾਗੂ ਕੀਤਾ ਸੀ। 19 ਫਰਵਰੀ ਨੂੰ 21 ਬੰਦੇ ਉਹ ਕਾਂਗਰਸੀ ਅਤੇ 10 BJP ਦੇ ਰਲਾ ਕੇ ਅਤੇ 31 ਬੰਦਿਆਂ ਦੇ ਨਾਲ ਸਰਕਾਰ ਬਣਾ ਲਈ, BJP ਵਾਲੀ ਸਾਂਝੀ ਸਰਕਾਰ, ਕਾਂਗਰਸ ਪਾਸੇ ਘੱਟਤੀ। ਅਜੇ ਉਹ ਕੇਸ ਚੱਲਦਾ ਪਿਆ ਸੀ। ਇਹਨਾਂ ਨੇ ਤਾਸ਼ ਦੇ ਜਿਹੜੇ ਪੱਤੇ ਉੱਥੇ ਖੇਡੇ ਸੀ ਉਹ ਹੀ ਅਰੁਣਾਚਲ ਪ੍ਰਦੇਸ਼ ਤੋਂ ਲਿਆ ਕੇ ਉੱਤਰਾਖੰਡ ਦੇ ਵਿੱਚ ਵਰਤ ਲਏ, ਇੱਥੋਂ ਦੀ ਸਰਕਾਰ ਤੋੜੀ, ਬੰਦੇ ਇਹਨਾਂ ਨੇ ਕਾਂਗਰਸ ਦੇ ਤੋੜ ਲਏ। ਸਪੀਕਰ ਨੇ ਆਖਿਆ ਜੀ ਉਹ ਬੰਦੇ 1/3 ਨਹੀਂ ਬਣਦੇ, ਇਸ ਕਰਕੇ ਮੈਂਬਰੀ ਤੋਂ ਖਾਰਜ ਹੁੰਦੇ ਆ। ਇਹਨਾਂ ਨੇ ਫਿਰ ਵੀ ਪਰਵਾਹ ਨਹੀਂ ਕੀਤੀ, ਪਰ ਇੱਥੇ ਉੱਤਰਾਖੰਡ 'ਚ ਗਵਰਨਰ ਅਸੂਲ ਵਾਲਾ ਸੀ, ਉਹਨੇ ਸਿਫਾਰਿਸ਼ ਨਹੀਂ ਕੀਤੀ। ਇਹਨਾਂ ਨੇ ਦਿੱਲੀ 'ਚੋਂ ਰਾਸ਼ਟਰਪਤੀ ਰਾਜ ਲਾਗੂ ਕਰਤਾ। ਹਾਈਕੋਰਟ ਨੇ ਆਖਿਆ ਤੁਸੀਂ ਗਲਤ ਕੀਤਾ, ਇਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਜਾ ਕੇ ਸਟੇ ਹੋ ਗਿਆ। ਇਹ ਆਖੀ ਜਾਣ ਸੁਪਰੀਮ ਕੋਰਟ ਸਾਡੇ ਪੱਖ 'ਚ, ਪਰ ਸੁਪਰੀਮ ਕੋਰਟ ਨੇ 1 ਹਫ਼ਤੇ ਦੇ ਅੰਦਰ ਅੰਦਰ ਕਹਿ ਦਿੱਤਾ ਕਿ ਤੁਸੀਂ ਕੇਂਦਰ 'ਚੋਂ ਨਹੀਂ ਤੋੜ ਸਕਦੇ। ਵਿਧਾਨ ਸਭਾ 'ਚ ਫੈਸਲਾ ਹੋਊਗਾ ਕਿ ਮੈਜੋਰਟੀ ਕਿਹਦੇ ਕੋਲ ਹੈ, ਬਹੁਤ ਸੰਮਤੀ ਕਿਹਦੇ ਕੋਲ ਹੈ। ਮੁੱਖ ਮੰਤਰੀ ਜਾ ਕੇ ਬਹੁਤ ਸੰਮਤੀ ਦਾ ਫੈਸਲਾ ਕਰੇ, ਅਤੇ ਬਹੁਤ ਸੰਮਤੀ ਉਹਦੇ ਨਾਲ ਆ ਗਈ ਜੀ। ਫਿਰ ਅਗਲੀ ਪੇਸ਼ੀ 'ਤੇ ਸੁਪਰੀਮ ਕੋਰਟ 'ਚ ਦੂਜੀਆਂ ਧਿਰਾਂ ਤੋਂ ਪਹਿਲਾਂ BJP ਨੇ ਕੇਂਦਰ ਸਰਕਾਰ ਨੇ ਆਪ ਜਾ ਕੇ ਕਹਿ ਦਿੱਤਾ ਜੀ ਬਹੁਤ ਸੰਮਤੀ ਉਹਦੇ ਕੋਲ ਹੈ ਅਤੇ ਹੁਣ ਅਸੀਂ ਮੰਨਦੇ ਹਾਂ। ਅਤੇ ਇੰਨਾ ਕੁਛ ਕਰਕੇ ਜੋ ਮੰਨਿਆ ਪਹਿਲਾਂ ਮੰਨ ਲੈਂਦੇ। ਉਦੋਂ ਸੁਪਰੀਮ ਕੋਰਟ ਇਸ ਗੱਲ 'ਤੇ ਸਖ਼ਤ ਹੋਈ ਕਿ ਜਿਹੜਾ ਉੱਤਰਾਂਚਲ ਪ੍ਰਦੇਸ਼ 'ਚ ਤੁਸੀਂ ਸਰਕਾਰ ਤੋੜ ਕੇ ਗਵਰਨਰੀ ਰਾਜ ਲਾਗੂ ਕੀਤਾ ਸੀ ਅਤੇ ਅਸੀਂ ਅਜੇ ਵਿਚਾਰ ਕਰਦੇ ਪਏ ਸਾਂ, ਤੁਸੀਂ ਬੰਦੇ ਗੰਢ ਗੁੰਢ ਕੇ ਅਤੇ ਆਪਣੀ ਸਰਕਾਰ ਬਣਾ ਲਈ ਸੀ, ਇੱਥੇ ਉੱਤਰਾਖੰਡ 'ਚ ਵੀ ਉਹ ਕਰਨ ਲੱਗੇ। ਹੁਣ ਉੱਤਰਾਖੰਡ 'ਚ ਤਾਂ ਕਰ ਨਾ ਸਕੇ, ਵੇਲੇ ਸਿਰ ਦਖਲ ਦੇ ਦਿੱਤਾ ਅਦਾਲਤ ਨੇ। ਜਿਹੜਾ ਅਰੁਣਾਚਲ ਪ੍ਰਦੇਸ਼ ਸੀ ਉਹਦਾ ਕੇਸ ਹੁਣ ਤੱਕ ਚੱਲਦਾ ਪਿਆ ਸੀ। ਹੁਣ ਆ ਕੇ ਅਰੁਣਾਚਲ ਪ੍ਰਦੇਸ਼ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਬੜਾ ਸਪਸ਼ਟ ਫੈਸਲਾ ਦੇ ਦਿੱਤਾ ਕਿ ਜੋ ਉੱਥੇ ਕੀਤਾ ਗਿਆ ਗਲਤ ਕੀਤਾ ਗਿਆ, ਕੇਂਦਰ ਸਰਕਾਰ ਨੇ ਗਵਰਨਰ ਦੀ ਵੀ
ਬਾਕੀ ਸਾਰੇ ਕੁਝ ਦੀ ਦੁਰਵਰਤੋਂ ਕੀਤੀ ਹੈ। ਔਰ ਨਾਲ ਸੁਪਰੀਮ ਕੋਰਟ ਦੇ ਜੱਜਾਂ ਨੇ ਇਹ ਆਖਿਆ, ਅਸੀਂ ਸਿਰਫ ਫੈਸਲਾ ਨਹੀਂ ਦੇ ਰਹੇ, ਅਸੀਂ ਘੜੀ ਦੀਆਂ ਸੂਈਆਂ ਪੁੱਠੀਆਂ ਘੁਮਾ ਰਹੇ ਹਾਂ ਉੱਥੇ ਲਿਜਾ ਰਹੇ ਹਾਂ ਜਿੱਥੇ ਤੁਸੀਂ ਕਾਂਗਰਸੀ ਮੁੱਖ ਮੰਤਰੀ ਨੂੰ ਹਟਾਇਆ ਸੀ। ਇਹਨੂੰ ਹੁਣ ਦੁਬਾਰਾ ਜਾ ਕੇ ਸਹੁੰ ਚੁੱਕਣ ਦੀ ਲੋੜ ਨਹੀਂ, ਸਿਰਫ ਤੁਹਾਡਾ ਬਣਾਇਆ ਕੁਰਸੀ ਤੋਂ ਉੱਠੂਗਾ, ਇਹ ਮੁੱਖ ਮੰਤਰੀ ਦੇ ਤੌਰ 'ਤੇ ਫਿਰ ਕਾਇਮ ਰਹੇਗਾ। ਇਹ ਬਹੁਤ ਵੱਡੀ ਸੱਟ ਹੈ ਜਿਹੜੀ ਬੀਜੇਪੀ ਦੀ ਸਰਕਾਰ ਨੂੰ ਪਈ ਹੈ। ਬਿਲਕੁਲ, ਬੀਜੇਪੀ ਦੀ ਸਰਕਾਰ ਨੂੰ ਇਹ ਪੈਣੀ ਵੀ ਚਾਹੀਦੀ ਸੀ। ਇਹਨਾਂ ਨੇ ਇੱਕ ਪਾਪ ਬਹੁਤ ਵੱਡਾ ਹੋਰ ਕੀਤਾ, ਉਹ ਕੀ ਹੈ, ਅਰੁਣਾਚਲ ਪ੍ਰਦੇਸ਼ ਉਹ ਸਟੇਟ ਹੈ ਜਿਹਦਾ ਅੱਧਾ ਬਾਰਡਰ ਚੀਨ ਨਾਲ ਲੱਗਦਾ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਤਿੱਬਤ ਦਾ ਮਸਲਾ ਉਹ ਇਕੱਲਾ ਹਿਮਾਚਲ ਪ੍ਰਦੇਸ਼ ਨਾਲ ਨਹੀਂ ਲੱਗਦਾ, ਅਰੁਣਾਚਲ ਪ੍ਰਦੇਸ਼ ਨਾਲ ਵੀ ਲੱਗਦਾ। ਬਿਲਕੁਲ, ਅਰੁਣਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਤਮਾਂਗ ਹੈ, ਉਹਨੂੰ ਚੀਨ ਵਾਲੇ ਆਪਣਾ ਕਹਿੰਦੇ। ਉਹ ਕਹਿੰਦੇ ਜੀ ਇਲਾਕਾ ਹੀ ਸਾਡਾ, ਤੁਸੀਂ ਭਾਰਤ ਵਾਲਿਆਂ ਨੇ ਨਜਾਇਜ਼ ਦੱਬਿਆ, ਅਸੀਂ ਕਹਿੰਦੇ ਤੁਸੀਂ ਸਾਡੇ ਦੱਬੇ ਨੇ, ਉਹ ਕਹਿੰਦੇ ਸਾਡਾ। ਜਿਹੜੀ ਇਹੋ ਜਿਹੀ ਨਾਜ਼ੁਕ ਸਟੇਟ ਹੈ, ਅਰੁਣਾਚਲ ਪ੍ਰਦੇਸ਼ ਦੇ ਕਿਸੇ ਬੰਦੇ ਨੇ ਜਾਣਾ ਹੋਵੇ ਚੀਨ ਨੂੰ ਅਤੇ ਉਹਨੂੰ ਵੀਜ਼ਾ ਨਹੀਂ ਦਿੰਦੇ, ਇੰਡੀਅਨ ਪਾਸਪੋਰਟ 'ਤੇ ਮੋਹਰ ਨਹੀਂ ਲਾਉਂਦੇ, ਉਹਨੂੰ ਵੱਖਰੇ ਟਰੈਵਲ ਡਾਕੂਮੈਂਟ ਬਣਾ ਕੇ ਕਹਿੰਦੇ ਜੀ ਦੇ ਦਿੰਦੇ ਆਉਣਾ ਤਿਆਜ। ਜਿਹੜੀ ਇਹੋ ਜਿਹੀ ਨਾਜ਼ੁਕ ਸਟੇਟ ਹੈ ਉਹਦੇ ਲੋਕਾਂ ਵਿੱਚ ਤਾਂ ਇਹ ਭਾਵਨਾ ਭਰਨੀ ਚਾਹੀਦੀ ਹੈ ਕਿ ਇੰਡੀਆ ਸਾਡਾ ਹੈ, ਅਤੇ ਜੇ ਉੱਥੇ ਇਹੋ ਜਿਹੀਆਂ ਸਰਕਾਰਾਂ ਤੋੜ ਕੇ ਤੁਸੀਂ ਅਤੇ ਇਹੋ ਜਿਹੇ ਹਾਲਾਤ ਪੈਦਾ ਕਰੋ ਕਿ ਲੋਕਾਂ ਦੇ ਮਨ 'ਚ ਬੇਗਾਨਗੀ ਆਵੇ ਅਤੇ ਫਿਰ ਸਰਕਾਰ ਚੱਲੇਗੀ ਕਿੱਦਾਂ, ਇਹਨੂੰ ਤਾਂ ਫਿਰ ਚੀਨ ਵਾਲੇ ਵੀ ਵਰਤਣਗੇ। ਔਰ ਜਿਹੜਾ ਗਵਰਨਰ ਹੈ ਉਹ ਬੀਜੇਪੀ ਦਾ ਪੱਕਾ ਪੁਰਾਣਾ ਹੈ ਅਤੇ ਉਹ ਕਿੱਥੋਂ ਤੱਕ ਚਲਾ ਗਿਆ, ਉਹਨੇ ਨਾਲ ਇਹ ਵੀ ਕਹਿਤਾ, ਕਹਿੰਦਾ ਇੱਥੇ ਤਾਂ ਜੀ ਬਹੁਤ ਗਲਤ ਕੰਮ ਹੁੰਦਾ ਪਿਆ, ਗਊਤਾ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਅਤੇ ਇਹਨਾਂ ਨੇ ਗਵਰਨਰ ਦਾ ਰਾਜ ਭਵਨ ਜਿਹੜਾ ਹੁੰਦਾ, ਗਵਰਨਰ ਦੀ ਕੋਠੀ, ਉਹਦੇ ਸਾਹਮਣੇ ਬਿਲਡਿੰਗ ਹੈ, ਉਹਦੇ 'ਚ ਇਹਨਾਂ ਨੇ ਗਾਂ ਮਾਰੀ ਹੈ ਅਤੇ ਉਹਦਾ ਮਾਸ ਵੰਡਿਆ। ਇਹ ਗੱਲ ਉਹਦੀ ਅੱਧੀ ਸੱਚੀ ਸੀ, ਜਿਹੜੀ ਬਾਕੀ ਅੱਧੀ ਝੂਠੀ ਹੈ ਉਹ ਪਤਾ ਨਹੀਂ ਉਹਨੇ ਜਾਣ ਬੁੱਝ ਕੇ ਝੂਠ ਮਾਰਿਆ ਜਾਂ ਉਹ ਵੈਸੇ ਨਲਾਇਕ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਨਵਰ ਹੁੰਦਾ, ਉਹਦਾ ਨਾਮ ਮਿੱਠਨ ਜੀ, ਮਿੱਠਨ ਚੱਕਰਵਰਤੀ ਤੋਂ ਐਕਟਰ ਤਾਂ ਸੁਣਿਆ ਜੀ ਜੀ ਜੀ। ਉਹ ਮਿੱਠਨ ਜਿਹੜਾ ਉੱਥੇ ਅਰੁਣਾਚਲ ਪ੍ਰਦੇਸ਼ 'ਚ ਇੱਕ ਜਾਨਵਰ ਹੈ, ਬੜਾ ਪਿਆਰਾ ਜਿਹਾ ਜਾਨਵਰ, ਉਹ ਹੈਗਾ ਗਾਂ ਵਰਗਾ, ਬਾਹਰੋਂ ਗਏ ਬੰਦਿਆਂ ਨੂੰ ਕਈ ਵਾਰੀ ਉਹ ਗਾਂ ਹੀ ਜਾਪਦਾ। ਅਰੁਣਾਚਲ ਪ੍ਰਦੇਸ਼ ਦੇ ਲੋਕ ਉਸ ਮਿੱਠਨ ਦਾ ਮਾਸ ਖਾਂਦੇ ਆ, ਗਾਂ ਦਾ ਨਹੀਂ ਖਾਂਦੇ। ਠੀਕ ਹੈ ਜੀ। ਅਤੇ ਉੱਥੇ ਉਸ ਸਾਹਮਣੇ ਬਿਲਡਿੰਗ ਦੇ ਵਿੱਚ ਮਿੱਠਨ ਮਾਰੇ ਜਾਂਦੇ ਆ ਅਤੇ ਉਹਦਾ ਮਾਸ ਵਰਤਾਇਆ ਜਾਂਦਾ। ਹੁਣ ਸਾਡੇ ਕੋਲ ਇੱਥੇ ਲੋਕ ਭੇਡ ਦਾ ਵੀ ਖਾਂਦੇ ਆ, ਬੱਕਰੀ ਦਾ ਵੀ ਖਾਂਦੇ, ਜਾਂ ਤਾਂ ਮਾਸ ਖਾਣਾ ਪੱਕੇ ਤੌਰ 'ਤੇ ਬੈਨ ਹੋਵੇ ਜੀ, ਪਰ ਜਿਹੜੀ ਸਟੇਟ ਦੇ ਵਿੱਚ ਗਾਂ ਬੈਨ ਕੀਤੀ ਹੈ ਕਿ ਤੁਸੀਂ ਨਹੀਂ ਮਾਰ ਸਕਦੇ ਅਤੇ ਮਿੱਠਨ ਦੀ ਕੋਈ ਮਨਾਹੀ ਨਹੀਂ, ਉਸ ਮਿੱਠਨ ਦੇ ਮਾਰੇ ਜਾਣ ਦਾ ਉਹਨੇ ਮੁੱਦਾ ਕਿੱਦਾਂ ਬਣਾ ਲਿਆ। ਉਸ ਗਵਰਨਰ ਨੇ ਵੀ ਸਾਰੀ ਦੀ ਸਾਰੀ ਖੇਡ ਉਹ ਖੇਡੀ ਜਿਹੜੀ ਪਹਿਲਾਂ ਰਮੇਸ਼ ਭੰਡਾਰੀ ਨਾਂ ਦਾ ਕਾਂਗਰਸੀਆਂ ਦਾ ਪੱਕਾ ਬੰਦਾ ਯੂਪੀ 'ਚ ਖੇਡ ਚੁੱਕਾ ਸੀ ਅਤੇ ਜਦੋਂ ਉਹ ਖੇਡ ਖੇਡੀ ਗਈ ਸੀ, ਇਹ ਪਤਾ ਸੀ ਕਾਂਗਰਸੀਆਂ ਨੂੰ ਸੱਟ ਇਲਾਹਾਬਾਦ ਹਾਈ ਕੋਰਟ ਨੇ ਮਾਰੀ ਹੈ, ਅਤੇ ਨਰਿੰਦਰ ਮੋਦੀ ਨੂੰ ਇਹ ਤਾਂ ਨਹੀਂ ਸਮਝਣਾ ਚਾਹੀਦਾ ਕਿ ਮੈਂ ਸੁਪਰੀਮ ਕੋਰਟ ਤੋਂ ਵੀ ਉੱਤੇ ਚਲਾ ਗਿਆ। ਆ ਪਿਛਲੇ 6 ਮਹੀਨਿਆਂ ਤੋਂ ਇਹ ਰੇੜਕਾ ਪਾਈ ਬੈਠਿਆ ਨਵੇਂ ਜੱਜਾਂ ਦੀ ਭਰਤੀ ਦਾ, ਇਹ ਕਹਿੰਦੇ ਭਰਤੀ ਸਾਡੀ ਮਰਜ਼ੀ ਮੁਤਾਬਕ ਹੋਊ, ਸੁਪਰੀਮ ਕੋਰਟ ਕਹਿੰਦੀ ਜਿਹੜਾ ਚੱਲਦਾ ਸਿਸਟਮ ਉਹਦੇ ਮੁਤਾਬਕ ਹੋ। ਇਹ ਚਾਹੁੰਦੇ ਹੀ ਇਸ ਕਰਕੇ ਆ ਤਾਂ ਕਿ ਆਪਣੀ ਮਰਜ਼ੀ ਦੇ ਜੱਜ ਉੱਥੇ ਭਰਤੀ ਕੀਤੇ ਜਾ ਸਕਣ ਜਿਹੜੇ ਇਹੋ ਜਿਹੇ ਮਾਮਲਿਆਂ 'ਚ ਫਿਰ ਸਾਡਾ ਸਾਥ ਦਿਆ ਕਰਨਗੇ, ਇਹ ਉਹਦੇ ਵਾਸਤੇ ਚਾਹੁੰਦੇ ਨੇ। ਇਹਦੇ ਤੋਂ ਪਹਿਲਾਂ ਕਰਨਾਟਕਾ 'ਚ ਇੱਕ ਵਾਰੀ ਮਿਸਟਰ ਗਵਈ ਹੁੰਦਾ ਸੀ ਮੁੱਖ ਮੰਤਰੀ, ਉਹਦੀ ਸਰਕਾਰ ਕਾਂਗਰਸੀਆਂ ਨੇ ਤੋੜੀ ਸੀ, ਉਹ ਸਰਕਾਰ ਟੁੱਟ ਗਈ, ਸੁਪਰੀਮ ਕੋਰਟ 'ਚ ਫੈਸਲਾ ਲਮਕਦਾ ਗਿਆ ਲਮਕਦਾ ਗਿਆ ਲਮਕਦਾ ਗਿਆ, ਕਈ ਸਾਲਾਂ ਬਾਅਦ ਜਾ ਕੇ ਫੈਸਲਾ ਆਇਆ ਸੀ, ਅਤੇ ਫੈਸਲਾ ਕੀ ਆਇਆ ਕਿ ਉਹ ਸਰਕਾਰ ਤੋੜਨੀ ਗਲਤ ਸੀ। ਜਿੱਦਾਂ ਉਹ ਸਰਕਾਰ ਤੋੜਨੀ ਗਲਤ ਸੀ, ਉੱਦਾਂ ਹੀ ਯੂਪੀ 'ਚ ਸਰਕਾਰ ਤੋੜਨੀ ਕਲਿਆਣ ਸਿੰਘ ਦੀ ਗਲਤ ਸੀ, ਉੱਦਾਂ ਹੀ ਇੱਥੇ ਅਰੁਣਾਚਲ ਤੋੜਨੀ ਗਲਤ ਸੀ, ਉੱਦਾਂ ਹੀ ਉੱਤਰਾਖੰਡ 'ਚ ਤੋੜਨੀ ਗਲਤ ਸੀ। ਗੱਲ ਸਹਿ ਦੀ ਨਹੀਂ ਹੁੰਦੀ, ਗੱਲ ਪਹਿ ਦੀ ਹੁੰਦੀ ਹੈ। ਇਹ ਨਰਿੰਦਰ ਮੋਦੀ ਸਰਕਾਰ ਜਿਹੜੇ ਪਹਿ ਦੇ ਉੱਤੇ ਤੁਰ ਪਈ ਹੈ, ਜੇ ਇਹਨੂੰ ਅਗਲੇ ਪਾਸੇ ਫਾਟਕ ਨਾ ਲੱਗਦਾ ਤਾਂ ਇਹ ਤਾਂ ਲੋਕਤੰਤਰ ਨੂੰ ਕਬਰਾਂ ਤੱਕ ਪਹੁੰਚਾਉਣ ਨੂੰ ਤਿਆਰ ਹੋਈ ਪਈ ਸੀ। ਇਹਨਾਂ ਦਾ ਜਿਹੜਾ ਢੰਗ ਸੀਗਾ ਕਿ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਰਕਾਰ ਤੋੜ ਦਿਓ, ਔਰ ਜਿਵੇਂ ਕਹੀ ਜਾਂਦੇ ਸੀ ਕਿ ਭਾਰਤ ਨੂੰ ਅਸੀਂ ਕਾਂਗਰਸ ਮੁਕਤ ਕਰਨਾ, ਚੋਣਾਂ ਵੀ ਨਹੀਂ ਡੀਕਣੀਆਂ, ਚੁਣੀਆਂ ਹੋਈਆਂ ਸਰਕਾਰਾਂ ਤੋੜ ਤੋੜ ਕੇ ਕਾਂਗਰਸ ਮੁਕਤ ਕਰਨਾ, ਉਹ ਸਾਰੀ ਖੇਡ ਜਿਹੜੀ ਇਹ ਖੇਡਦੇ ਪਏ ਸੀ ਬੜੀ ਭੱਦੀ ਖੇਡ, ਉਹਨੂੰ ਸੁਪਰੀਮ ਕੋਰਟ ਨੇ ਰੋਕ ਲਾਤੀ ਹੈ। ਸਾਡੀ ਸੁਪਰੀਮ ਕੋਰਟ ਨੇ ਬੜੇ ਮੌਕਿਆਂ ਦੇ ਉੱਤੇ ਦੇਸ਼ ਦੇ ਵਿੱਚ ਇਨਸਾਫ਼ ਦਾ ਝੰਡਾ ਉੱਚਾ ਰੱਖਿਆ, ਲੱਗਦਾ ਕਿ ਇੱਕ ਵਾਰੀ ਫਿਰ ਉਹਨੇ ਇਹ ਕੰਮ ਕਰ ਵਿਖਾਇਆ। ਅਰੁਣਾਚਲ ਪ੍ਰਦੇਸ਼ ਦੀ ਤੁਸੀਂ ਗੱਲ ਕੀਤੀ ਹੈ, ਉੱਤਰਾਖੰਡ ਦੀ ਕੀਤੀ ਹੈ, ਦਿੱਲੀ ਦੇ ਵਿੱਚ ਹੋਰ ਕਿਹੜੀਆਂ ਸਟੇਟਾਂ ਨੇ ਜਿੱਥੇ ਇਹੋ ਜਿਹੀ ਕਸ਼ਮਕਸ਼ ਚੱਲ ਰਹੀ ਹੈ? ਦੇਖੋ, ਦਿੱਲੀ ਤਾਂ ਇਹ ਰੋਜ਼ ਮਹੂਰਤ ਪੁੱਛਣ ਜਾਂਦੇ ਆ ਕਿ ਕਦੋਂ ਤੋੜੀਏ, ਇਹਨਾਂ ਦਾ ਦਾਅ ਨਹੀਂ ਚੱਲਦਾ ਪਿਆ। ਲੈਫਟੀਨੈਂਟ ਗਵਰਨਰ ਉੱਥੇ ਨਜੀਬ ਜੰਗ ਹੈ, ਨਜੀਬ ਜੰਗ ਸਵੇਰੇ ਉੱਠ ਕੇ ਆਪਣੇ ਨਸੀਬ ਹੀ ਫੋੜਦਾ ਕਿ ਮੈਂ ਉਪ ਰਾਸ਼ਟਰਪਤੀ ਬਣ ਸਕਦਾ ਕਿ ਨਹੀਂ ਬਣ ਸਕਦਾ, ਉਹਨੂੰ ਇਸ ਕੰਮ ਲਈ ਲਾਇਆ
ਕਿ ਕੇਜਰੀਵਾਲ ਨੂੰ ਚੱਲਣ ਦੇਣ। ਕੇਜਰੀਵਾਲ ਸਰਕਾਰ ਦੇ ਬਣਾਏ ਉਹਦੇ ਪਾਸ ਕੀਤੇ 30-32 ਬਿੱਲ ਜਿਹੜੇ ਨੇ, ਪਤਾ ਨਹੀਂ 25 ਨੇ ਜਿੰਨੇ ਆ, ਸਾਰੇ ਦੇ ਸਾਰੇ ਵਿਚਾਰ ਕਰਨ ਤੋਂ ਬਗੈਰ ਉਹਨੂੰ ਵਾਪਸ ਕਰਤੇ ਆ ਕਿ ਥਰੂ ਪ੍ਰੋਪਰ ਚੈਨਲ ਨਹੀਂ ਆਏ। ਪਰ ਜਦੋਂ ਆਏ ਸੀ ਇਹ ਇਤਰਾਜ ਉਦੋਂ ਕਿਉਂ ਨਾ ਲਾਇਆ, ਰੱਖ ਕਿਉਂ ਛੱਡੇ, ਹੁਣ ਉਹ ਵੀ ਸਰਕਾਰ ਤੋੜਨ ਨੂੰ ਫਿਰਦੇ ਆ। ਇੱਦਾਂ ਦੀਆਂ 2-4 ਸਰਕਾਰਾਂ ਹੋਰ ਵੀ ਨੇ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਤੋੜਨ ਵਾਸਤੇ ਇੱਕ ਸਾਬਕਾ ਮੁੱਖ ਮੰਤਰੀ BJP ਦਾ ਅਤੇ ਉਹਦਾ ਪੁੱਤਰ ਬੜੇ ਕਾਹਲੇ ਹੋਏ ਪਏ ਨੇ। ਕੁਛ ਹੋਰ ਵੀ ਇੱਧਰ ਉੱਧਰ ਦੀਆਂ ਸਰਕਾਰਾਂ ਹੋ ਸਕਦੀਆਂ। ਪਤਾ ਨਹੀਂ ਕਿਉਂ ਰਾਜ ਸੱਤਾ ਦੀ ਇੰਨੀ ਭੁੱਖ ਹੈ BJP ਨੂੰ ਕਿ ਸਭ ਥਾਵਾਂ 'ਤੇ ਸਾਮ ਦਾਮ ਦੰਡ ਭੇਦ ਵਰਤ ਕੇ ਕਬਜ਼ਾ ਕਰ ਲਓ। ਇਹ ਕਬਜ਼ੇ ਇੱਦਾਂ ਚੱਲਣੇ ਨਹੀਂ, ਲੋਕਤੰਤਰ 'ਚ ਇਹ ਖੇਡ ਪੁੱਠੀ ਵੀ ਪੈ ਸਕਦੀ। ਠੀਕ ਹੈ ਜੀ ਪੰਨੂ ਸਾਹਿਬ, ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਨਵੇਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ, ਕੁਝ ਪੁਰਾਣੀਆਂ ਵੀ ਗੱਲਾਂ ਬਾਤਾਂ ਹੋਣਗੀਆਂ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਭੁੱਲ ਚੁੱਕ ਦੀ ਖਿਮਾ। ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਦਿਨ ਹਨ ਉਹਨਾਂ ਦੇ ਵਿੱਚ ਅਸੀਂ ਲੇਟੈਸਟ ਮੁੱਦਿਆਂ 'ਤੇ ਗੱਲਬਾਤ ਜਿਹੜੀ ਕਰਾਂਗੇ ਆਪ ਜੀ ਨੂੰ ਉਹ ਵੀ ਪਸੰਦ ਆਵੇਗੀ। ਤਦ ਤੱਕ 'ਤੇ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।